ਛੋਟਾ ਜਿਹਾ ਖੁਤਬਾ ਪੜ੍ਹਿਆ, ਇੱਕ ਐਤ ਪਾਕ ਪੜ੍ਹੀ ਹੈ ਸੂਰਤ ਹਾਮੀਮ ਸਜਦਾ ਦੀ, ਔਰ ਦੋ ਸ਼ੇਰ ਪੜ੍ਹੇ ਨੇ ਇਹਨਾਂ ਦੀ। ਆਪਸ 'ਚ ਨਾ ਜੋੜ ਮੇਲ ਮੁਤਾਬਕਤ ਕੋਈ ਨਹੀਂ, ਉਹ ਔਲੀਆ ਕਰਾਮ ਦੀ ਸ਼ਾਨ ਵਿੱਚ ਮੌਲਾਨਾ ਰੂਮ ਦੇ ਅਸ਼ਾਰ ਨੇ ਔਰ ਕੁਰਾਨ ਪਾਕ ਦੀ ਐਤ ਅਜ਼ਾਨ ਦੇ ਮੁਤਲਕ। ਤੋ ਅਸੀਂ ਅੱਜ ਅਜ਼ਾਨ ਦੇ ਮੁਤਲਕ ਵੀ ਕੁਛ ਅਰਜ਼ ਕਰਨਾ ਹੈ ਅਤੇ ਬਜ਼ੁਰਗਾਂ ਨੇ ਦੀਨ ਦੇ ਵੀ ਮੁਤਲਕ ਕੁਛ ਅਰਜ਼ ਕਰਨਾ, ਇਸ ਵਾਸਤੇ ਸਾਂਝਾ ਜਿਹਾ ਕੰਮ ਰੱਖਿਆ। ਔਰ ਐਤ ਦਾ ਤਰਜਮਾ ਇਹ ਆ ਕਿ ਖੁਦਾ ਬੰਦੇ ਜ਼ੁਲ ਜਲਾਲ ਨੇ ਫਰਮਾਇਆ, ਉਸ ਬੰਦੇ ਨਾਲੋਂ ਕਿਹੜੇ ਬੰਦੇ ਦੀ ਗੱਲ ਚੰਗੀ ਹੋ ਸਕਦੀ ਹੈ, ਉਸ ਬੰਦੇ ਨਾਲੋਂ। ਅੱਲਾਹ ਪਾਕ ਦਾ ਫਰਮਾਨ ਹੈ ਵਾ ਮਨ ਅਹਸਨੂ ਕੌਲਨ, ਕਿ ਉਸ ਬੰਦੇ ਨਾਲੋਂ ਕਿਹਦਾ ਕੌਲ, ਕਿਹਦੀ ਗੱਲ ਚੰਗੀ ਹੋ ਸਕਦੀ ਹੈ ਜਿਹੜਾ ਰੱਬ ਵੱਲੇ ਬੁਲਾਵੇ ਔਰ ਉਹ ਆਖੇ ਕਿ ਅਮਲ ਕਰੇ ਚੰਗੇ। ਵਾਮਿਲ ਆਮਿਲਨ ਸਾਲਿਹਾਂ ਵਾਲੀ ਹਦੀਸ ਵੀ ਇਹਦੇ ਨਾਲ ਹੀ ਇਹਦੀ ਤਫਸੀਰ ਵਿੱਚ ਜੇ। ਤੋ ਅੱਲਾਹ ਪਾਕ ਨੇ ਫਰਮਾਇਆ ਵਾ ਮਨ ਅਹਸਨੂ ਕੌਲਨ ਮਿਮ ਮਨ ਦਾ ਇਲਲਾਹ ਵਾ ਅਮਿਲ ਸਾਲਿਹਾਂ ਵਾ ਕਾਲਾ ਇਨਨੀ ਮਿਨਲ ਮੁਸਲਿਮੀਨ। ਤਰਜਮਾ ਇਹ ਆ ਕਿ ਉਸ ਬੰਦੇ ਨਾਲੋਂ ਕਿਹਦੀ ਗੱਲ ਚੰਗੀ ਹੋ ਸਕਦੀ ਹੈ ਜਿਹੜਾ ਰੱਬ ਵੱਲੇ ਬੁਲਾਵੇ ਅਤੇ ਅਮਲ ਕਰੇ ਚੰਗੇ ਅਤੇ ਆਖੇ ਮੈਂ ਮੁਸਲਮਾਨ ਹਾਂ। ਉਮਰ ਮੁਮਿਨ ਸੈਯਦਾ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਨਾਲ ਫਰਮਾਉਂਦੀਆਂ ਨੇ ਕਿ ਐਤ ਅਜ਼ਾਨ ਪੜ੍ਹਨ ਵਾਲਿਆਂ ਦੇ ਹੱਕ ਵਿੱਚ ਨਾਜ਼ਲ ਹੋਈ ਹੈ, ਔਰ ਬੇਸ਼ੁਮਾਰ ਹਦੀਸਾਂ ਨੇ ਮੈਂ ਲਿਖੀਆਂ ਵੀ ਨੇ। ਬੜੇ ਯਕੀਨ ਕਰ ਲਓ ਕਿ ਬੜੀਆਂ ਹਦੀਸਾਂ ਵਿੱਚ ਅਜ਼ਾਨ ਦੀ ਸ਼ਾਨ ਹੈ। ਤਾਂ ਅਸੀਂ ਅੱਜ ਦਾ ਬਿਆਨ ਅਜ਼ਾਨ ਦੇ ਮੁਤਲਕ ਵੀ ਅਰਜ਼ ਕਰਨਾ ਹੈ ਔਰ ਬਜ਼ੁਰਗਾਂ ਨੇ ਦੀਨ ਦੇ ਮੁਤਲਕ ਜਿਹੜੇ ਅਸ਼ਾਰ ਪੜ੍ਹੇ ਨੇ ਮੌਲਾਨਾ ਜਲਾਲਉਦੀਨ ਰੂਮ ਰਹਿਮਤੁੱਲਾਹ ਅਲੈਹ ਦੇ, ਆਪ ਫਰਮਾਉਂਦੇ ਨੇ ਹਰ ਕੇ ਖਾਹਦ ਹਮਨ ਸ਼ੀਨੀ ਬਾ ਖੁਦਾ, ਹਰ ਬੰਦਾ ਚਾਹੁੰਦਾ ਹੈ ਕਿ ਉਹ ਰੱਬ ਦੇ ਨੇੜੇ ਹੋ ਜਾਵੇ। ਅਤੇ ਜੇ ਉਹਨੇ ਰੱਬ ਦੇ ਨੇੜੇ ਹੋਣਾ ਹੈ ਤਾਂ ਤੁਹਾਨੂੰ ਕਿੱਥੇ ਮਿਲੇਗਾ ਰੱਬ? ਊ ਨਸ਼ੀਨਦ ਦਰ ਹਜ਼ੂਰ ਔਲੀਆ, ਉਹਦੇ ਬੰਦਿਆਂ ਦੇ ਕੋਲ ਜਾਓਗੇ ਤਾਂ ਰੱਬ ਦੀ ਮੁਲਾਕਾਤ ਉੱਥੇ ਹੋਵੇਗੀ। ਸੁਰਮਾ ਕੁੰਨ ਦਰ ਚਸ਼ਮੇ ਖਾ ਕੇ ਔਲੀਆ, ਆਪਣੀਆਂ ਅੱਖਾਂ ਦਾ ਸੁਰਮਾ ਔਲੀਆ ਦੇ ਦਰ ਦੀ ਖਾਕ ਬਣਾ ਲਾ, ਤੇ ਫਿਰ ਕੀ ਤੈਨੂੰ ਲੱਭੇਗਾ? ਤਬਬੀਨੀ ਜ਼ਿਬ ਤਦਾ ਤਾ ਇੰਤਹਾ, ਤਾਂ ਤੂੰ ਸਰਾ ਸੱਤਵੀਂ ਜ਼ਮੀਨ ਤੋਂ ਥੱਲੇ ਤੋਂ ਲੈ ਕੇ ਤੇ ਸੱਤਵੇਂ ਸਮਾਨ ਉੱਤੇ ਤੇਰੀ ਨਜ਼ਰ ਜਾਏਗੀ। ਉਹ ਨਜ਼ਰ ਕਿਵੇਂ ਜਾਏਗੀ? ਉਹ ਇਵੇਂ ਜਾਏਗੀ ਜਿਸ ਤਰ੍ਹਾਂ ਹਜ਼ਰਤ ਉਮਰ ਬਿਨ ਖਤਾਬ ਦਾ ਵਾਕਿਆ ਕਿੰਨਾ ਮਸ਼ਹੂਰ ਹੈ ਕਿ 1600 ਮੀਲ ਨਿਹਾਮਨ ਦਾ ਇਲਾਕਾ ਸੀ ਜਿਹੜਾ ਇਰਾਨ ਦੀ ਸਰਹੱਦ ਦੇ ਉੱਤੇ ਸੀ, ਉਹ ਮਦੀਨੇ ਪਾਕ ਜੁਮਾ ਪੜ੍ਹਾ ਰਿਹਾ ਅਤੇ ਆਖਿਆ ਯਾ ਸਾਰੀ ਅਤਲ ਜਬਲ ਵੇਖ ਪਹਾੜ ਵਾਲੇ, ਉਹ 1600 ਮੀਲ 'ਚ ਕਿੱਡੇ ਕਿੱਡੇ ਵੱਡੇ ਪਹਾੜ ਵਿੱਚੋਂ ਦੀ ਨਜ਼ਰ ਲੰਘ ਗਈ। ਇਹ ਉਹ ਹੈ ਜਦੋਂ ਖਾ ਕੇ ਔਲੀਆ ਨੂੰ ਆਪਣੇ ਅੱਖਾਂ ਦਾ ਸੁਰਮਾ ਬਣਾਓਗੇ ਅਤੇ ਸਭ ਔਲੀਆ ਦੇ ਉੱਤੇ ਦਰਜਾ ਤਾਂ ਨਬੀ ਪਾਕ ਦਾ, ਅਤੇ ਜਿਹਨਾਂ ਨਬੀ ਪਾਕ ਦੇ ਦਰ ਦੀ ਖਾਕ ਆਪਣੀ ਅੱਖਾਂ ਦਾ ਸੁਰਮਾ ਬਣਾਇਆ ਉਹ 1600 ਮੀਲ 'ਤੇ ਖਬਰ ਸੁੱਤੇ ਪੈ ਨੂੰ ਦੇਣ ਡੈ ਨੇ। ਇਹ ਸਾਰੀਆਂ ਜਾਗ ਪਹਾੜ ਵੱਲ ਵੇ ਮਗਰੋਂ ਦੁਸ਼ਮਣ ਚੜਿਆ ਆ ਰਿਹਾ। ਗੱਲ ਖੈਰ ਅੱਗੇ ਟੋਰੀਏ, ਅੱਛਾ ਗੱਲ ਕਰਨੀ ਸੀ ਅਜ਼ਾਨ ਦੇ ਮੁਤਲਕ ਔਰ ਉਹ ਖਿਦਮਾਤ। ਉਸ ਤੋਂ ਪਹਿਲੇ ਇੱਕ ਮੇਰਾ ਮੋਸਨ ਨੇ, ਮੇਰੇ ਦੋਸਤ ਨੇ, ਔਰ ਵੈਸੇ ਮੇਰੇ ਉਮਰ 'ਚ ਛੋਟੇ ਨੇ, ਲਿਆਕਤ ਅਲੀ ਤੋਂ ਭਾਈ ਲਤੀਫ ਉਹ ਮੇਰੇ ਹਮ ਉਮਰ ਸੀ। ਮੇਰੀ ਮੁਰਾਦ ਹੈ ਰਾਜਾ ਜੰਗ ਦੇ ਅੰਦਰ ਚਿਸ਼ਤੀ ਬਜ਼ੁਰਗਾਂ ਦਾ ਅਨਸਲਾਈਕੋਪੀਡੀਆ ਲਫ਼ਜ਼ ਜਿਹੜਾ ਨਾ ਉਹ ਖਜ਼ਾਨਾ, ਡਾਕਟਰ ਖਾਦਮ ਹੁਸੈਨ ਫਰੀਦੀ ਸਾਹਿਬ ਸਾਹਮਣੇ ਤਸ਼ਰੀਫ ਫਰਮਾਨ, ਇਹਨਾਂ ਦੀ ਇੱਕ ਸਿਫਾਰਿਸ਼ ਸੀ। ਇਹਨਾਂ ਦੀ ਸਿਫਾਰਿਸ਼ 'ਤੇ ਮੈਂ ਉਹ ਵਾਕਿਆ ਕਰਜ਼ ਕਰਨਾ ਜਿਹੜਾ ਤੁਸੀਂ ਕਿਸੇ ਵੀ ਨਹੀਂ ਸੁਣਿਆ, ਅਤੇ ਉਹਨਾਂ ਦੀ ਸਿਫਾਰਿਸ਼ ਸੀ। ਮੈਂ ਪਹਿਲੋਂ ਆਗਾਜ਼ ਹੀ ਉਸ ਵਾਕਿਆ ਤੋਂ ਕਰਨ ਲੱਗਾ। 100 ਸਾਲ ਪਹਿਲੇ ਦੀ ਗੱਲ ਹੈ, 1925-26-30 ਤੱਕ ਦੀ ਜਿਹੜੀ ਮੈਂ ਕਰਨ ਲੱਗਾ, 100 ਸਾਲ ਦੀ। ਰਚਨਾ ਦੁਆਬਾ ਇੱਕ ਇਲਾਕਾ ਹੈ ਰਾਜਸਥਾਨ ਦੇ ਨਾਲ ਲੱਗਦਾ ਪੰਜਾਬ 'ਚ, ਉੱਥੇ ਇੱਕ
ਮੈਂ ਪਤਾ ਕੀਤਾ ਸੀ ਉਹਨਾਂ ਕਿਹਾ ਗੱਲ ਬੜੀ ਜੱਟ ਬਰਾਦਰੀ ਸੀ ਉਹਨਾਂ ਦੀ, ਨਾ ਸੀ ਫਤਿਹ ਦੀਨ, ਦੋ ਮੁਰੱਬਿਆਂ ਦਾ ਮਾਲਿਕ, ਰਚਨੇ ਦੁਆਬੇ ਦਾ ਨੰਬਰਦਾਰ, ਅਤੇ ਕਿਸਮਤ ਚੰਗੀ ਇਹ ਕਿ ਬਾਦ ਚੌਧਰੀ ਵੀ ਜਿਹੜੇ ਨੇ ਨਾ ਉਹ ਵੀ ਚੰਗੇ ਹੁੰਦੇ ਨੇ, ਸਾਡੇ ਚੌਧਰੀ ਸਾਹਿਬ ਮੁਹੰਮਦ ਉਮਰ ਸਾਹਿਬ ਨੇ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਉਹ ਤੰਦਰੁਸਤੀ ਅਤਾ ਫਰਮਾਏ, ਅੱਲਾਹ ਉਹਨਾਂ ਨੂੰ ਨੇਕ ਬੇਟਾ ਅਤਾ ਫਰਮਾਏ। ਵੇਖੋ ਚੌਧਰੀ ਹੋ ਕੇ ਵੀ, ਰਕਬੇ ਦਾ ਮਾਲਕ ਹੋ ਕੇ ਵੀ, ਅਹੁਦੇਦਾਰ ਹੋ ਕੇ ਵੀ, ਮਸਜਿਦ ਦੀ ਸਫਾਈ ਅਤੇ ਮਸਜਿਦ 'ਤੇ ਖਰਚਾ ਕਰਨਾ ਅਤੇ ਅਜਿਹੀਆਂ ਮਹਿਫਲਾਂ ਦਾ ਇਹਤਮਾਮ ਅਤੇ ਸਰਪ੍ਰਸਤੀ ਕਰਨੀ, ਇਹ ਆਮ ਚੌਧਰੀਆਂ ਦੇ ਵਾਸ ਦਾ ਗੱਲ ਨਹੀਂ। ਕਿਸੇ 'ਤੇ ਖਾਸ ਕਰਮ ਹੋਵੇ ਕਿਸੇ ਮਰਦੇ ਹੱਕ ਦਾ ਤਾਂ ਫਿਰ ਉਹ ਨਸੀਬ ਹੁੰਦੀ ਹੈ। ਉਹ ਵਕਤ ਦਾ ਚੌਧਰੀ ਸੀ, ਨਵਾਬ ਸੀ, ਉਹ ਦੋ ਮੁਰੱਬਿਆਂ ਦਾ ਮਾਲਕ ਸੀ, ਮੌਕੇ ਦਾ ਨੰਬਰਦਾਰ ਹਾਜ਼ਰ ਸੀ, ਅਤੇ ਪਰ ਕਿਸਮਤ ਚੰਗੀ ਇਹ ਸੀ ਕਿ ਉਹ ਮੋਇਨੁਦੀਨ ਚਿਸ਼ਤੀ ਅਜਮੇਰੀ ਰਜ਼ੀ ਅੱਲਾਹੁ ਤਾਲਾ ਦੇ ਦਰਗਾਹ 'ਤੇ ਜਿਹੜਾ ਗੱਦੀ ਨਸ਼ੀਨ, ਉਹਦੇ ਹੱਥ 'ਤੇ ਬੈਤ ਵੀ ਸੀ, ਜਿੱਦਾਂ ਸਾਡੇ ਚੌਧਰੀ ਸਾਹਿਬ ਆਸਥਾ ਨਾਲ ਜਾਂ ਸ਼ਰਕਪੁਰ ਸ਼ਰੀਫ ਦੇ ਗੱਦੀ ਨਸ਼ੀਨ ਦੇ ਹੱਥ 'ਤੇ ਬੈਤ ਨੇ। ਅੱਛਾ, ਹਾਜ਼ਰੀ ਵੀ ਦਿੰਦਾ ਸੀ ਅਜਮੇਰ ਸ਼ਰੀਫ 'ਚ। ਇੱਕ ਦਿਨ ਖਾਬ 'ਚ ਉਹਨੂੰ ਮਿਲੇ ਹਜ਼ਰਤ ਖਾਜਾ ਮੋਇਨੁਦੀਨ ਚਿਸ਼ਤੀ ਅਜਮੇਰੀ ਰਜ਼ੀ ਅੱਲਾਹੁ ਤਾਲਾ ਨੂੰ, ਆਖਣ ਲੱਗੇ ਬੱਚਾ ਤੇਰੀ ਡਿਊਟੀ ਅਸੀਂ ਰਾਜਾ ਜੰਗ ਲਾ ਦਿੱਤੀ, ਤੂੰ ਉੱਥੇ ਚਲਾ ਜਾ। ਉਹਨੂੰ ਇਹ ਉਹਨੇ ਰਾਜਾ ਜੰਗ ਦਾ ਨਾਂ ਹੀ ਨਹੀਂ ਸੁਣਿਆ ਵੀ ਹੈ ਕਿਹੜੀ ਧਰਤੀ 'ਤੇ ਆ, ਕਿਹੜੇ ਮੁਲਕ 'ਚ ਕਿੱਥੇ ਆ। ਇਹ 1928-30 ਦਾ ਵਾਕਿਆ, 1944 'ਚ 45 'ਚ ਇੱਥੇ ਆਏ ਨੇ ਨਾ, ਮਰੀਦ ਉਹ ਇਸ ਦੌਰ ਦੀ ਸੀ, ਯਾਨੀ ਜਿਹੜਾ ਮੈਂ ਦੱਸਣ ਡਿਆ ਨਾ 25-27-28 ਸਾਨੂੰ 1928-27 ਉਦੋਂ ਮਰੀਦ ਹੋਏ ਔਰ ਜਾਂਦਿਆਂ ਦੇ ਰਹਿ। 1944-45 'ਚ ਇਹ ਖਾਬ ਆਇਆ ਅਤੇ ਉਹਨੂੰ ਸਮਝ ਨਾ ਆਈ ਵੀ ਰਹਿ ਜੰਗ ਕੀ ਹੈ। ਉਹ ਫਿਰ ਗਿਆ ਅਜਮੇਰ ਸ਼ਰੀਫ, ਜਿਹਦੇ ਹੱਥ 'ਤੇ ਬੈਸ ਸੀ ਨਾ ਗੱਦੀ ਨਸ਼ੀਨ, ਉਹਨੂੰ ਆਖਣ ਲੱਗਿਆ ਹਜ਼ੂਰ ਹੈ ਖਾਬ 'ਚ ਬਾਬਾ ਜੀ ਨੇ ਇਹ ਕਿਹਾ ਹੈ। ਉਹਨੇ ਕਿਹਾ ਬੇਟਾ ਤੂੰ ਫਿਰ ਉੱਥੇ ਚਲਾ ਜਾ, ਤੇਰੀ ਉਹ ਕਿੱਥੇ ਆ ਮੈਨੂੰ ਪਤਾ ਨਹੀਂ। ਉਹਨੇ ਕਿਹਾ ਵੀ ਉਹ ਸਾਰਾ ਹੀ ਪਤਾ ਲੱਗ ਜਾਏਗਾ, ਜਿਹਨਾਂ ਤੈਨੂੰ ਆਖਿਆ ਨੂੰ ਆਪੇ ਪਤਾ ਦੱਸਣਗੇ, ਤੂੰ ਇਸ ਤਰ੍ਹਾਂ ਚਲਾ ਜਾ। ਅੱਛਾ, ਉਹ ਤਾਂ ਦੋ ਮੁਰੱਬੇ ਵੀ ਛੱਡੇ, ਨੰਬਰਦਾਰੀ ਵੀ ਛੱਡੀ, ਬਾਲ ਬੱਚਾ ਵੀ ਛੱਡਿਆ, ਲਾਲ ਜਵਾਨ ਸੀ ਉਹਨਾਂ ਕੰਮ ਸੰਭਾਲੇ ਸੀ, ਉਹਨਾਂ ਬੁੱਕਲ ਸੱਟਿਆ ਕੱਪੜਾ ਮੋਢੇ 'ਤੇ ਅਤੇ ਉਹ ਰਹਿ ਜੰਗ ਆ ਗਏ। 1942 ਮੇਰੀ ਤਹਿਕੀਕ ਇਹ ਆ ਕਿ 1942 ਵਿੱਚ ਇਹ ਮਸਜਿਦ ਬਣੀ ਹੈ ਮਰਾਸੀਆਂ ਵਾਲੀ, ਕਿਉਂਕਿ ਇੱਥੇ ਸਾਡੇ ਸ਼ਹਿਨਸ਼ਾਹ ਨਕਸ਼ਬੰਦ ਖਾਜਾ ਆਲਮ ਪੀਰ ਨੂਰ ਮੁਹੰਮਦ ਫਨਾਫਿਰ ਸੂਰ ਰਜ਼ੀ ਅੱਲਾਹ ਤਾਲਾ ਦਾ 1936 ਵਿੱਚ ਜਲਸਾ ਹੋਇਆ ਸੀ। ਉਸ ਜਗ੍ਹਾ 'ਤੇ ਉਹ ਮਰਦੇ ਹੱਕ ਦੇ ਕਦਮ ਲੱਗਣ ਦੀ ਬਰਕਤ ਕਿ ਉੱਥੇ ਉਹ ਮਸਜਿਦ ਬਣ ਗਈ। ਔਰ ਇਹ ਮਸਜਿਦ ਜੋ ਆਇਆ 1944-45 'ਚ, ਕਿਉਂਕਿ ਪਹਿਲੇ ਬਣ ਚੁੱਕੀ ਸੀ ਜਲਸਾ, 36 'ਚ ਹੋਇਆ ਸੀ ਨਾ, 36 ਅਤੇ 42 6 ਕੁ ਸਾਲ ਬਾਅਦ ਮਸਜਿਦ ਬਣ ਗਈ ਅਤੇ ਛੋਟੀ ਜਿਹੀ ਸੀ। ਮੇਰੀ ਜ਼ਿੰਦਗੀ ਵਿੱਚ 50 ਸਾਲ ਦੀ ਤਾਂ ਮੈਨੂੰ ਹੋਸ਼ ਹੈ ਨਾ, 65 ਸਾਲ ਦੇ ਕਰੀਬ ਉਮਰ ਹੈ ਅਤੇ ਅਸੀਂ ਬਚਪਨ ਇੱਥੇ ਹੀ ਗੁਜ਼ਾਰਿਆ, ਮਸਜਿਦ 'ਚ ਪੜ੍ਹੇ ਇੱਥੇ ਹੀ ਹਾਂ। ਅੱਛਾ, ਉਹ ਅਰਜ਼ ਇਹ ਸੀ ਕਿ ਉਹ ਜਿਸ ਵੇਲੇ ਇੱਥੇ ਆਇਆ ਅਤੇ ਮਸਜਿਦ ਛੋਟੀ ਜਿਹੀ ਸੀ, ਆ ਕੇ ਉਹਨੇ ਨਮਾਜ਼ ਪੜ੍ਹੀ, ਨਮਾਜ਼ ਪੜ੍ਹ ਕੇ ਅਤੇ ਉਹਨੇ ਆਪਦਾ ਸਿੱਧਾ ਹੋ ਕੇ ਅਤੇ ਅੱਲਾਹ ਕਰਨ ਲੱਗ ਪਏ। ਅਤੇ ਮਹੀਨਾ ਸੀ ਪੋਹ ਮਾਘ ਦਾ, ਸਰਦੀ ਇੰਤਹਾਈ ਸ਼ਿੱਦਤ ਦੀ, ਔਰ ਮਸਜਿਦ ਵੀ ਨਾ ਕੋਈ ਬਰਾਂਡਾ ਅਤੇ ਨਾ ਕੋਈ ਇਹਦਾ ਇਬਤਦਾ ਵਿੱਚ ਛੋਟੀ ਜਿਹੀ ਸੀ। ਚੌਧਰੀ ਸਰਾਜਦੀਨ ਸੀ ਇਹਦਾ ਦਾਦਾ, ਆਪਣੇ ਚੌਧਰੀ ਮੁਹੰਮਦ ਉਮਰ ਸਾਹਿਬ ਨਾ, ਇਹਨਾਂ ਦਾ ਦਾਦਾ ਸੀ ਹਾਜੀ ਹੁਕਮਦੀਨ, ਅਤੇ ਉਹਦਾ ਭਰਾ ਸੀ ਚੌਧਰੀ ਸਰਾਜਦੀਨ ਪਰਵੇਜ਼ ਭੋਲਾ ਸਾਹਿਬ ਨਾ, ਜਿਹੜੇ ਸਾਡੇ ਚੇਅਰਮੈਨ, ਇਹਦਾ ਸਕਾ ਦਾਦਾ ਸੀ ਉਹ ਚੌਧਰੀ ਸਰਾਜਦੀਨ। ਉਹ ਨਮਾਜ਼ ਪੜ੍ਹਨ ਗਿਆ ਇਸ਼ਾ ਦੀ ਮਗਰੋਂ, ਉਦੋਂ ਕਿਹੜੀ ਜਮਾਤ ਹੁੰਦੀ ਸੀ, ਜੇ ਹੋ ਗਈ ਹੋ ਗਈ, ਨਹੀਂ ਹੋਈ ਤਾਂ ਉਹ ਨਮਾਜ਼ ਪੜ੍ਹਨ ਗਿਆ। ਤਾਂ ਉਹਨੇ ਵੇਖਿਆ ਵੀ ਇਹ ਕੋਈ ਮੁਸਾਫਰ ਹੈ, ਅਤੇ ਹੈ ਮੁਸਾਫਰ ਹੈ, ਅਤੇ ਹੈ ਕੋਈ ਬਜ਼ੁਰਗ ਲੱਗਦਾ, ਇਹਦਾ ਰਾਤ ਕੱਢੇਗਾ ਔਖੀ। ਨਮਾਜ਼ ਪੜ੍ਹ ਕੇ ਚੌਧਰੀ ਸਰਾਜ ਚਲਾ ਗਿਆ ਅਤੇ ਘਰ ਜਾ ਕੇ ਨਾ
ਮਾਈ ਸਾਹਿਬ ਨੂੰ ਆਖਿਆ ਵੀ ਕੋਈ ਲੇਫ ਦੇ, ਕੋਈ ਮੁਸਾਫਰ ਏ ਤੇ ਮੁਸਾਫਰ ਆਮ ਨਹੀਂ ਦਾ, ਕੋਈ ਕੋਈ ਅੱਲਾ ਵਾਲਾ ਲੱਗਦਾ ਹੈ ਤੇ ਤੂੰ ਲੇਫ ਦੇ, ਉਹਨੇ ਲੇਫ ਫੜਾ ਤੂੰ ਲਿਆ, ਨਾ ਨਾ ਇਹ ਲੇਫ ਨਹੀਂ, ਉਹਦੀ ਸ਼ਾਨ ਜਾਣੇ ਸ਼ਾਨ ਨਹੀਂ, ਲੇਫ ਦੇ ਸ਼ਲੀਲ ਦਾ ਐਸਾ ਜਿਹੜਾ ਉਹ ਲਾਲ, ਹਾਂਜੀ ਹੁਣ ਤਾਂ ਉਹ ਇਹ ਨਾਂ ਜਿਹੜਾ ਤੁਸੀਂ ਲੈਂਦੇ ਜੇ। ਅੱਛਾ ਉਹ ਨਾ ਕੱਢ, ਉਹ ਉਹਨਾਂ ਮਾਈਆਂ ਕੋਈ ਵੀ ਔਰਤ ਹੋਵੇ ਉਹਨੂੰ ਆਪਦੀ ਚੀਜ਼ ਰੱਖੀ ਕੱਢਣੀ ਜਿਹੜੀ ਨਾ ਔਖਾ ਜਿਹਾ ਹੁੰਦਾ ਹੈ, ਆਪਦੇ ਪੇਕੇ ਆ ਜਾਣ ਫਿਰ ਤਾਂ ਸਾਰਾ ਕੁਛ ਮਾਸ਼ਾਅੱਲਾ ਸੁਭਾਨ ਅੱਲਾ ਹੁੰਦਾ ਹੈ। ਉਹ ਅਜੀ ਸਿਰਾਜ ਦੀਨ ਉਹ ਆਪ ਕੱਢ ਕੇ ਲੱਕੜ ਦੇ ਸੰਦੂਖ ਹੁੰਦੇ ਸੀ, ਕੱਢਿਆ ਸ਼ਲੀਲ ਦਾ ਨਵਾਂ ਲੇਫ ਤੇ ਜਾ ਕੇ ਉੱਥੇ ਗਿਆ ਤੇ ਉਹਨੂੰ ਬੁਲਾਇਆ ਨਾ, ਉਹ ਤਾਂ ਅੱਲਾ ਅੱਲਾ ਕਰ ਰਿਹਾ, ਉਹਦੇ ਉੱਤੇ ਪਾ ਤਾ ਵੀ ਚਲੋ ਆਪੇ ਜੋ ਸਿੱਧਾ ਪੱਧਰਾ ਹੋਏਗਾ ਤੇ ਲੈ ਕੇ ਪੈ ਜਾਏਗਾ। ਫਤਿਹਦੀਨ ਚਿਸ਼ਤੀ ਰਹਿਮਤੁੱਲਾ ਲੈ, ਬਾਬਾ ਜੀ ਸਰਕਾਰ ਫਤਿਹਦੀਨ ਚਿਸ਼ਤੀ ਰਹਿਮਤੁੱਲਾ ਲੈ, ਮਰਾਸੀ ਵਾਲੀ ਮਸਜਿਦ ਦਾ ਵਾਕਿਆ ਅਰਜ਼ ਕਰ ਰਹੇ, ਉਹ ਚਲੇ ਗਏ ਜੁੱਤੀ ਪਾ ਕੇ ਪਿਛਾ ਆਉਣ ਲੱਗੇ ਤੇ ਉਹਨੇ ਮਾਰਿਆ ਚਲਾਓ ਆ ਕੇ ਲੇਫ ਪਰੀ ਦੂਰ ਤੇ ਆਪ ਫਿਰ ਨੰਗਾ ਹੋ ਕੇ ਬਹਿ ਗਿਆ। ਹੁਣ ਚੌਧਰੀ ਨੇ ਆਖਿਆ ਵੀ ਦੱਸ ਇਹਨੂੰ ਮੇਰੀ ਚੀਜ਼ ਦੀ ਕਦਰ ਨਹੀਂ ਦੀ ਜਾਂ ਇਹਨੂੰ ਜ਼ਰੂਰਤ ਹੈ ਨਾ, ਉਹਨੇ ਹੁਣ ਇਹਨੂੰ ਸਵੇਰੇ ਪੁੱਛਾਂਗਾ। ਉਹ ਜਾ ਕੇ ਸੌਂ ਗਿਆ, ਫਜਰ ਦਿਨ ਜਦੋਂ ਪਤਾ ਵੇਲੇ ਤੜਕੇ ਆਇਆ ਨਾ, ਲੇਫ ਉੱਥੇ ਹੀ ਪਿਆ ਜਿੱਥੇ ਰਾਤ ਸੱਟਿਆ ਵੇਖਿਆ। ਉਹਨੂੰ ਪੁੱਛਿਆ ਮੁਸਾਫਰਾ ਬਜ਼ੁਰਗਾ ਬਾਬਾ, ਮੈਂ ਤਾਂ ਤੇਰੀ ਸਰਦੀ ਬਚਾਉਣ ਵਾਸਤੇ ਲੇਫ ਦਿੱਤਾ ਹੈ ਅਤੇ ਤੂੰ ਉਹਨੂੰ ਚਲਾ ਕੇ ਮਾਰਿਆ। ਉਹਨੇ ਬੜੇ ਗੁੱਸੇ ਨਾਲ, ਇੱਕ ਤਾਂ ਹੁੰਦਾ ਨਾ ਕਿਸੇ ਦੇ ਅਹਿਸਾਨਮੰਦ ਹੋਣਾ ਅਤੇ ਖੁਦਦਾਰੀ ਵੀ ਇੱਕ ਸ਼ੈ ਹੁੰਦੀ ਹੈ। ਉਹਨੇ ਆ ਚੌਧਰੀ ਤੂੰ ਇਹ ਗੰਦਾ ਪਲੀਤ ਨਪਾਕ ਅਤੇ ਨਿੱਜਸ ਲੇਫ ਸਾਨੂੰ ਤੇ ਲਿਆ ਸੱਟੇ, ਸਾਡੇ ਲਾਇਕ ਸੀ ਦਫ਼ਾ ਕਰਨ ਲੈ ਜਾਣ ਚੁੱਕੇ। ਉਹਨੇ ਆਖਿਆ ਮੈਂ ਤਾਂ ਜਿਹਨੂੰ ਆ ਨਾ 0 ਮੀਟਰ ਨਵਾਂ, ਵੀ ਮੈਂ ਤਾਂ ਪੇਟੀ 'ਚੋਂ ਨਵਾਂ ਕੱਢ ਕੇ ਲਿਆਉਂਦਾ। ਉਹਨੇ ਆ ਤੈਨੂੰ ਯਕੀਨ ਨਹੀਂ ਆਉਂਦਾ, ਇਹਨੂੰ ਪਾੜ ਦੇ, ਦੇੜ ਦੇ, ਇਹਨੂੰ ਰੂਹ ਵੱਖਰੀ ਕਰ ਦੇ, ਤੈਨੂੰ ਆਪੇ ਦਿਸ ਪਏਗਾ। ਉਹ ਜਾਗਿਆਂ ਦਾ ਕਰਮਾ ਲਈਏ ਕੀ ਹੋਇਆ ਵੀ ਲੇਫ ਤਾਂ ਭੁਗਤ ਧੋਤਾ ਤੇ ਬਾਬੇ ਨੇ ਇਹੀ ਆਖਿਆ ਉਹਨੇ ਵੀ ਵੇਖ ਲਾ ਉਹਨੇ ਨੰਗੰਦੇ ਤੋੜੇ ਦੇ। ਉਹ ਮਾਈ ਸਾਹਿਬ ਦੇ ਸੀ ਵੀ ਹੁਣ ਇੰਨਾ ਵਕਤ ਨਾਲ ਸੀਤਾ ਤੇ ਫਿਰ ਇਹਨੂੰ ਕੀ ਤੇ ਕੀ ਇਹਦੇ 'ਚੋਂ ਨਿਕਲਣਾ, ਤੇ ਰਹਿੰਦੇ ਉਹਨੇ ਤੋੜ ਕੇ ਖਿੱਚ ਕੇ ਦੋਵੇਂ ਵੱਖਰੇ ਕਰਕੇ ਜਿਹੇ ਲੋਕ ਸੱਟਿਆ ਨਾ ਰੂਹ ਕੱਢੀ ਤੇ ਵਿੱਚੋਂ ਇੰਨੇ ਕੁ ਵਾਲ ਔਰਤ ਦੇ ਸਿਰ ਦੀ ਗੁੱਤ ਦੇ, ਅਤੇ ਉਹ ਜਿਵੇਂ ਸਿਰ ਕੰਘੀ ਕਰਕੇ ਅਤੇ ਉਹ ਵਾਲ ਸੁੱਟਦੇ ਆ ਨਾ ਕਰਕੇ ਗੁੱਛਾ ਜਿਹਾ, ਉਹ ਪਰਾਂ ਕੰਘਾ ਕਰਕੇ ਨਹਾ ਕੇ ਮਾਈਆਂ ਇਸ ਤਰ੍ਹਾਂ ਜੋ ਵਾਲ ਕੰਘੀ ਕਰਦੀਆਂ ਤਾਂ ਵਾਲ ਨਿਕਲਦੇ ਨੇ, ਉਹ ਵਾਲ ਵਿੱਚੋਂ ਨਿਕਲੇ। ਉਹਨੇ ਆਖਿਆ ਕਰਮਲੀ ਉਹ ਗੱਲ ਜ਼ਰੂਰ ਹੈ ਆ, ਇਹ ਹੁਣ ਵਾਲ ਨੇ, ਹੁਣ ਅੱਗੋਂ ਪਤਾ ਨਹੀਂ ਇਹ ਕਿਹਦੇ ਨੇ। ਉਹ ਬਾਬੇ ਕੋਲ ਗਏ ਤਾਂ ਉਹਨੇ ਆਖਿਆ ਵੀ ਬਾਬਾ ਜੀ ਸਮਝ ਨਹੀਂ ਆਈ। ਉਹਨੇ ਆਇਆ ਗੈਰ ਮੁਸਲਿਮ ਔਰਤ ਤੇ ਨਪਾਕ ਹੈ ਜ਼ਾ, ਤੇ ਉਹਦੇ ਸਿਰ ਦੇ ਵਾਲ ਨਪਾਕ ਪਹਿਲੋਂ ਹੀ ਸੀ ਤੇ ਫਿਰ ਉਹ ਡਬਲ ਨਪਾਕ ਹੋ ਗਿਆ, ਉਹ ਸਾਡੇ ਸਿਰ ਤੇ ਦੇਣ ਡਿਆ ਆ ਕੇ। ਇੱਥੋਂ ਨਾ ਚੌਧਰੀ ਦੀ ਉਹ ਚੌਧਰ ਪੂਣਾ ਜਿਹੜਾ ਸੀ ਨਾ ਉਹ ਜ਼ਹਿਨ 'ਚ ਉਹ ਨਿਕਲ ਗਿਆ ਵੀ ਇਹ ਤਾਂ ਬਜ਼ੁਰਗ ਜਿਹੜਾ ਨਾ ਕੋਈ ਸਹਿਬਿਆਲ ਬੰਦਾ ਹੈ। ਉਹ ਫਿਰ ਇਹ 44-45 ਦਾ ਵਾਕਿਆ ਹੈ। ਉਹ ਫਿਰ ਉਹ ਚੌਧਰੀ ਦਾ ਵੀ ਉਹਦੇ ਵੇਲੇ ਲੇਟ ਹੋ ਗਿਆ ਅਤੇ ਉਹ ਵੀ ਉਹ ਇੱਕ ਦੋਸਤ ਬਣ ਗਿਆ। ਇੱਥੇ ਉਹਨੇ ਉਮਰ ਗੁਜ਼ਾਰੀ ਹੈ ਤਕਰੀਬਨ 16-17 ਸਾਲ ਰਾਜਾ ਜੰਗ ਦੇ ਅੰਦਰ, ਅਤੇ ਡੇਰਾ ਉਹਦਾ ਇਸੇ ਗਿਰਦੋ ਨਵਾਜ ਮਰਾਸੀ ਵਾਲੀ ਮਾਈ ਗਿਰਦੋ ਨਵਾਜ ਰਿਹਾ। ਸਾਡੇ ਹਕੀਮ ਸਾਹਿਬ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੋਂ ਤੰਦਰੁਸਤੀ ਦੇਵੇ, ਹਕੀਮ ਖੁਸ਼ੀ ਮੋਹਨ ਸਾਹਿਬ, ਇਹਨਾਂ ਦੇ ਵਾਲ ਸੀ ਮੀਆਂ ਅਬਦੁੱਲਾ, ਇਹ ਤਾਲਬ ਹੁਸੈਨ ਮਾਮ ਵਾਲਾ ਅਤੇ ਅੱਲਾਹ ਤਾ ਮਾਮ ਵਾਲੇ ਦਾ ਉਹ ਤਾਇਆ ਸੀ ਜਾਂ ਚਾਚਾ ਸੀ, ਬਾਬੇ ਵਲੀ ਉਹਨਾਂ ਦਾ, ਬਰਕਤ ਉਹਨਾਂ ਦਾ ਅਲੀ ਉਹਨਾਂ ਦਾ ਭਰਾ ਸੀ ਮੀਆਂ ਅਬਦੁੱਲਾ। ਇਹਨਾਂ ਨੇ ਨਾ ਜਿੱਥੇ ਖੰਭਾ ਨਾ ਨੁੱਕਰ ਦੇ ਉਰਲੇ ਪਾਸੇ
ਇੱਥੇ ਭੱਠੀ ਲਾਈ ਹੁੰਦੀ ਸੀ ਪਿਛਲੇ ਟਾਈਮ ਪਕੌੜੇ ਕੱਢਣੇ ਅਤੇ ਨਾਲ ਉਹ ਮਿੱਠੇ ਆਟੇ ਦੇ ਨਾ ਉਹ ਮੱਠੇ ਹੁੰਦੇ ਸੀ ਉਸ ਜ਼ਮਾਨੇ 'ਚ, ਉਹ ਰੋਟੀ ਮਿੱਠੀ ਸਮਝੋ ਮੈਦੇ 'ਚ ਉਹਨੂੰ ਤਾਲਣਾ ਅਤੇ ਉਹ ਲੋਕਾਂ ਸ਼ੌਕ ਨਾਲ ਮੁੱਲ ਲੈਣਾ, ਉਹ ਦੋ ਪੰਜਾਂ ਸੱਤਾਂ ਆਨਿਆਂ ਦੇ ਵਿਕ ਜਾਣੇ ਅਤੇ ਆਨੇ ਦੋ ਆਨੇ ਦੀ ਰਾਸ ਹੁੰਦੀ ਕੋਈ ਦੋ ਆਨੇ ਬੱਝ ਜਾਣੇ ਵਿੱਚੋਂ, ਉਹ ਮੀਆਂ ਅਬਦੁੱਲਾ ਦਾ ਇਹ ਕੰਮ ਸੀ। ਹੁਣ ਬਾਬਾ ਮੀਆਂ ਜੀ ਦੀ ਅਸੀਂ ਗੱਲ ਸੁਣਾ ਰਹੇ, ਮੀਆਂ ਫਤਿਹਦੀਨ ਚਿਸ਼ਤੀ ਸਰਕਾਰ ਰਹਿਮਤੁੱਲਾ ਲੈ, ਮੈਂ ਪਰਸੋਂ ਉਹਨਾਂ ਦੇ ਦਰ 'ਤੇ ਹਾਜ਼ਰੀ ਦੇ ਕੇ ਫਾਤਿਹਾ ਪੜ੍ਹ ਕੇ ਮਜ਼ੀਦ ਉਹਨਾਂ ਦੇ ਜ਼ਮਾਨੇ ਦੇ ਲੋਕਾਂ ਨੂੰ ਮਿਲ ਕੇ ਗੁਲਾਦ ਨੂੰ ਬੋਲਣ ਵਾਸਤੇ ਗਿਆ, ਅਤੇ ਉਹ ਡਾਕਟਰ ਸਾਹਿਬ ਨੂੰ ਮੈਂ ਜਾਣ ਕੇ ਪ੍ਰੋਗਰਾਮ ਸਾਡਾ ਦੋਵਾਂ ਦਾ ਹੀ ਲਾਮਾ ਤੈਰ ਸਾਹਿਬ ਦਾ ਵੀ ਨਾਲ ਹੀ ਸੀ, ਬਾਕੀ ਮੈਂ ਇਹ ਸੋਚਿਆ ਵੀ ਉਹ ਕੋਈ ਆਰਾਮ ਕਰ ਰਿਹਾ ਹੋਵੇਗਾ, ਕੋਈ ਆਪਣੀ ਰੂਟੀਨ 'ਚ ਹੋਵੇਗਾ ਤਾਂ ਉਹਨੂੰ ਡਿਸਟਰਬ ਕਰਨਾ, ਅਤੇ ਮੈਂ ਇਕੱਲਾ ਹੀ ਕਿਉਂਕਿ ਮੇਰੀ ਤਾਂ ਜ਼ਿੰਮੇਵਾਰੀ ਮੈਂ ਉਹ ਮੈਂ ਫਾਇਦਾ ਪੜ੍ਹ ਕੇ ਆਉਣਾ ਮਜ਼ਾਰ ਸ਼ਰੀਫ 'ਤੇ। ਅੱਛਾ ਫਿਰ ਅੱਗੇ ਇੰਝ ਹੋਇਆ, ਰੋਟੀ ਖਾਂਦੇ ਸੀ ਉਹ ਇੱਕ ਰੋਟੀ ਦਾ ਅੱਧਾ ਹਿੱਸਾ ਚੰਗੀਆਂ ਘੰਟਿਆਂ 'ਚ, ਬਾਕੀ ਉਹਨੇ ਰਾਜ ਜਾਗਣਾ ਦਿਲੇ ਟੁਰਦੇ ਫਿਰਦੇ ਆਪਦੀ ਡਿਊਟੀ ਦੇਣੀ। ਅਤੇ ਉਹ ਰਾਜੇ ਜੰਗ ਦਾ ਇੱਕ ਨਿਗਰਾਨ ਬਣ ਕੇ ਆਇਆ ਸੀ ਰੂਹਾਨੀ ਤੌਰ 'ਤੇ, ਉਹ ਕੁਰਾਨੇ ਪਾਕ ਦੀ ਆਇਆ ਅਤੇ ਅੱਲਾ ਪਾਕ ਨੇ ਫਰਮਾਇਆ ਕੁਰਾਨੇ ਪਾਕ 'ਚ, ਅੰਨਲ ਅਰਦਾ ਯਾਰੇ ਸੁਹਾ ਇਬਾਦ ਯਾ ਸਵਾਲੇ ਹੂਨ, ਕਿ ਬੇਸ਼ੱਕ ਜ਼ਮੀਨ ਦਾ ਮਾਲਕ ਅੱਲਾ ਹੈ ਪਰ ਵਾਰਸ ਇਹਦੇ ਇਹ ਲੋਕ ਨੇ, ਸਵਾਲੇ ਹੂਨ ਅੰਨਲ ਅਰਦਾ ਯਾਰੇ ਸੁਹਾ ਇਬਾਦ ਯਾ ਸਵਾਲੇ ਹੂਨ, ਜ਼ਮੀਨ ਅੱਲਾ ਦੀ ਵਾਰਸ ਸਵਾਲੇ ਹੀਨ ਨੇ। ਜਿਵੇਂ ਇੱਕ ਬੜੀ ਲੰਮੀ ਹਦੀਸ ਹੈ ਨਾ ਵੀ 40 ਅਬਦਾਲ ਹਮੇਸ਼ਾ ਸ਼ਾਮ 'ਚ ਰਹਿੰਦੇ ਨੇ ਜਿਹੜੇ ਮੀਂਹ ਵਰਸਾਉਂਦੇ ਨੇ ਅਤੇ ਲੋਕਾਂ ਦੀ ਮਦਦ ਕਰਦੇ ਨੇ। ਅੱਛਾ ਉਹ ਬਾਬੇ ਕੋਲ ਰੋਟੀ ਉਹਨੇ ਜਦੋਂ ਕਿ ਲਿਆਉਣੀ ਨਾ ਚੌਧਰੀ ਕੋਲ, ਉਹਨੇ ਅੱਧੀ ਰੱਖ ਲੈਣੀ ਬਾਕੀ ਮੋੜ ਦੇਣੀ, ਉਹ ਜੇਬ 'ਚ ਪਾ ਲੈਣੀ, ਜਦੋਂ ਤਲਬ ਹੋਣੀ ਪਾਣੀ ਨਾਲ ਉਹ ਖਾ ਲੈਣੀ ਟੁਰਦਿਆਂ ਫਿਰਦੇ। ਇਸ ਮੀਂਹ ਅਬਦੁੱਲਾ ਕੋਲ ਹੁਣ ਇੱਕ ਦਿਨ ਲੰਘੇ ਨਾ ਅਤੇ ਬਹਿ ਗਏ ਤਾਂ ਉਹਨਾਂ ਪਕੌੜਾ ਫੜਾਇਆ ਤਾਂ ਉਹਨੇ ਉਹ ਪਕੌੜੇ ਨਾਲ ਅੱਧੀ ਰੋਟੀ ਖਾ ਲਈ। ਉਹਨਾਂ ਦੀ ਇੱਕ ਆਦਤ ਅਤੇ ਰੂਟੀਨ ਬਣ ਗਈ ਵੀ ਰੋਟੀ ਕੋਲ ਹੋਣੀ, ਜਦੋਂ ਉਹ ਖਾਣੀ ਹੁੰਦੀ ਸੀ ਪਿਛਲੇ ਟਾਈਮ ਉਦੋਂ ਇੱਥੋਂ ਲੰਘਣਾ ਅਤੇ ਮੀਆਂ ਅਬਦੁੱਲਾ ਕੋਲ ਬਹਿ ਜਾਣਾ, ਉਹਨਾਂ ਪਕੌੜਾ ਫੜਾਉਣੇ ਦੋ ਅਤੇ ਉਹ ਉਹਨਾਂ ਨੇ ਖਾ ਲੈਣੇ। ਇਹ ਜਗ੍ਹਾ ਜਿਹੜੀ ਸੀ ਸਿੱਖਾਂ ਦੀ ਸੀ, ਜ਼ਾਤੀ ਮਲਕੀਅਤ ਉਹਨਾਂ ਦੀ ਨਹੀਂ ਸੀ, ਸਿੱਖ ਬੈਠੇ ਸੀ ਜਿੰਨਾ ਚਿਰ ਬੈਠੇ ਰਹਿੰਦੇ। ਉਹ ਕੋਈ 6 ਮਹੀਨੇ ਲੰਘ ਹੈ, ਮੀਆਂ ਅਬਦੁੱਲਾ ਜਿਹੜੇ ਸੀ ਉਹ ਲਿਖ ਲੈਂਦੇ ਸੀ ਵੀ ਅੱਜ ਦੇ 2 ਪੈਸੇ ਨੇ, ਅੱਜ ਦਾ 1.5 ਪੈਸਾ, 2.5 ਪੈਸੇ ਨੇ, 3 ਪੈਸੇ ਨੇ ਉਹ ਪਕੌੜਿਆਂ ਦੇ। ਮੀਆਂ ਫਤਿਹਦੀਨ ਸਰਕਾਰ ਚਿਸ਼ਤੀ ਰਹਿਮਤੁੱਲਾ ਦੇ ਜ਼ਿਹਨ 'ਚ ਇਹ ਸੀ ਕਿ ਮੈਨੂੰ ਮੁਸਾਫਰ ਜਾਂ ਬਜ਼ੁਰਗ ਜਾਂ ਜ਼ਈਬ ਜਾਂ ਇਸ ਤਰ੍ਹਾਂ ਸਮਝ ਕੇ ਇਹ ਮੇਰੀ ਖਿਦਮਤ ਕਰਦਾ ਪਕੌੜਿਆਂ ਦੀ, ਉਹ ਲਿਖਦੇ ਸੀ। ਕੁਛ 6 ਮਹੀਨੇ ਲੰਘੇ ਅਤੇ ਮੀਆਂ ਸਾਹਿਬ ਨੇ ਕਿਹਾ, ਉਹਨੇ ਆਖਿਆ ਬਾਬੇ ਉਹ ਆਪਣਾ ਹਿਸਾਬ ਵਾਹਵਾ ਹੋ ਗਿਆ ਤਾਂ ਹਿਸਾਬ ਕਰ ਲਈਏ। ਉਹਨੇ ਅੱਛਾ, ਇਹ ਮੈਂ ਤਾਂ ਸਮਝਿਆ ਤੁਸੀਂ ਮੈਨੂੰ ਵੈਸੇ ਖਿਦਮਤ ਕਰ ਗਏ, ਉਹ ਪਕੌੜੇ 2 ਫੜਾ ਦਿੰਦੇ ਜੋ ਲਿਆ, ਨਹੀਂ ਮੈਂ ਲਿਖੇ। ਉਹਨੇ ਕੱਢ ਹਿਸਾਬ ਕਰ, ਉਹਨੇ ਹਿਸਾਬ ਕਰਨ ਲੱਗ ਪਿਆ, ਹਿਸਾਬ ਕੀਤਾ ਤੂੰ ਲਿਆ ਚਾਹ ਰਹਿਣ ਦੇ ਹਿਸਾਬ। ਹਾਂਜੀ, ਉਹਨਾਂ ਆਖਿਆ ਤੁਸੀਂ ਹਿਸਾਬ ਕਰਦੇ ਜਿਹੜਾ ਹਿਸਾਬ ਰਹਿਣ ਦਿਓ, ਅੱਜ ਸੂਰਜ ਡੁੱਬਣ ਤੋਂ ਪਹਿਲਾਂ ਤੇਰਾ ਹਿਸਾਬ ਦੇ ਦਿਆਂਗੇ। ਕੋਲ ਬੋਝੇ ਜੇ ਕਾਨਾ ਵੀ ਨਹੀਂ, ਉਹਨਾਂ ਪੈਸੇ ਕਰਨੇ ਵੀ ਕੀ ਹੁੰਦੇ ਸੀ। ਉਹ ਨਾ ਜ਼ੋਰ ਅਤੇ ਅਸਰ ਦੇ ਦਰਮਿਆਨ ਚੌਧਰੀ ਸਰਾਜ ਕੋਲ ਆ ਗਿਆ, ਆਖਣਗੇ ਚੌਧਰੀ ਯਾਰ ਤੇਰੇ ਪਿੰਡ 'ਚ ਅਸੀਂ ਕਰਜ਼ਈ ਹੋ ਗਏ ਹਾਂ ਅਤੇ ਕਰਜ਼ਾ ਲਾਉਣਾ ਹੈ। ਉਹਨੇ ਆ ਬਾਬਾ ਹੁਕਮ, ਸਰਕਾਰ ਹੁਕਮ ਕਰੋ ਕਿੰਨੀ ਰਕਮ ਚਾਹੀਦੀ ਹੈ। ਉਹਨੇ ਆ ਰਕਮ ਦਾ ਤਾਂ ਕੰਮ ਨਹੀਂ, ਤੂੰ ਇੱਕ ਤੋੜਾ ਦਾਣਿਆਂ ਦਾ ਪੋਰੀ ਭਰ ਦੇ, ਤੋੜਾ ਦਾਣਿਆਂ ਦਾ ਭਰ ਦੇ। ਉਹਨੇ ਆ ਦੂਰ ਹੂੜੇ ਭਰਿਆ, ਉਹਨਾਂ ਤੋੜਾ ਭਰਿਆ। ਉਹਨੇ ਆ ਉਹਨੇ ਇਹ ਜਾਣਾ ਕਿੱਥੇ ਆ ਜੀ, ਮੈਂ ਪਹੁੰਚਾਵਾਂ ਉੱਥੇ। ਉਹਨੇ ਆ ਗਿਆ ਵੀ ਕੋਈ ਬੱਚਾ ਮੈਂ ਘਾਲਣਾ ਤੁਹਾਡੇ ਨਾਲ ਅਤੇ ਤੁਸੀਂ ਇਹ ਤੋੜਾ ਚੁੱਕਦੇ ਤਾਂ ਜਿੱਥੇ ਤੁਸੀਂ ਕਰਜ਼ਾ ਦੇਣਾ ਉੱਥੇ ਤੁਹਾਨੂੰ ਛੱਡ ਕੇ ਆਵੇਗਾ। ਉਹਨੇ ਆ ਠੀਕ ਹੈ ਚੌਧਰੀ ਸਰਾਜ ਕੋਲ ਦਾਣਾ ਤੋੜਾ ਚੁੱਕਿਆ ਅਤੇ ਇੱਥੋਂ ਲੰਘ ਕੇ ਦਿਆ ਇਹਨੂੰ ਜਾ ਕੇ ਤੁਹਾਡੇ ਇੱਥੇ ਪੁੱਤਰ ਰੱਖ ਦੇ। ਉਹਨੇ ਲਓ ਮੀਆਂ ਜੀ
ਤੁਹਾਡੇ ਪਕੌੜੇ ਇੰਨੇ ਦੇ ਨਹੀਂ ਸੀਗੇ, ਇਹ ਤੁਹਾਡੇ ਉਹਨਾਂ ਪਕੌੜਿਆਂ ਨਾਲੋਂ ਜ਼ਿਆਦਾ ਕੀਮਤ ਦਾ ਤੋੜਾ ਹੈ ਕਣਕ ਦਾ, ਅਤੇ ਜੋ ਤੁਹਾਡੇ ਪਕੌੜੇ ਦੇ ਅਸੀਂ ਹਿਸਾਬ ਚੁਕਾ ਤਾ ਜੀ, ਪਰ ਅਸੀਂ ਤੁਹਾਨੂੰ ਕੁਛ ਹੋਰ ਦੇਣ ਦੇ ਚੱਕਰਾਂ 'ਚ ਸਾਂ, ਅਤੇ ਤੁਸੀਂ ਜਲਦਬਾਜ਼ੀ ਕਰ ਗਏ, ਅਸੀਂ ਤੁਹਾਨੂੰ ਕੁਛ ਹੋਰ ਦੇਣਾ ਸੀ ਅਤੇ ਉਹ ਤੁਹਾਨੂੰ ਰਹਿ ਗਿਆ, ਪਰ ਹੁਣ ਤੁਹਾਨੂੰ ਮੈਂ ਕੁਛ ਦੇ ਫਿਰ ਵੀ ਜਾਣਾ ਕਿ ਤੁਹਾਡੇ ਕੋਲ ਬੈਠੇ ਆ, ਅਤੇ ਫਕੀਰ ਜਿਹੜਾ ਕਿਸੇ ਦਾ ਸਾਂ ਕਿਸੇ ਨੂੰ ਇਸਾ ਆਹ ਇਸਾਨ ਨਹੀਂ ਰੱਖਦੇ, ਉਹਨੇ ਆਖਿਆ ਹੁਣ ਕਰੀਬ ਦੁਨੀਆ ਇੱਧਰ ਦੀ ਇੱਧਰ ਹੋ ਜਾਣੀ ਹੈ, ਦੁਨੀਆ ਇੱਧਰ ਦੀ ਇੱਧਰ ਹੋ ਜਾਣੀ ਹੈ, ਇੱਥੋਂ ਚਲੇ ਜਾਣਗੇ ਅਤੇ ਨਵੇਂ ਆ ਜਾਣਗੇ ਅਤੇ ਮੁਲਕ ਨਵਾਂ ਬਣੇਗਾ, ਅਤੇ ਇਹ ਤੇਰੀ ਥਾਂ ਹੈ ਸਿੱਖਾਂ ਦੀ, ਅਤੇ ਸਿੱਖਾਂ ਦੀਆਂ ਸਾਰੀਆਂ ਥਾਵਾਂ ਵਾਪਸ ਮਹਾਜਰਾਂ ਨੂੰ ਮਿਲ ਜਾਣਗੀਆਂ ਨੇ, ਸਿੱਖਾਂ ਦੀਆਂ ਥਾਵਾਂ ਵਿਹਲੀਆਂ ਜਿਹੜੀਆਂ ਨੇ ਨਾ ਹੋਈਆਂ, ਇਹ ਆਉਣ ਵਾਲੇ ਮੁਸਲਮਾਨ ਮਹਾਜਰਾਂ ਨੂੰ ਮਿਲਣੀਆਂ ਨੇ, ਅਤੇ ਜਾਂ ਮੈਂ ਤੈਨੂੰ ਇਹ ਥਾਂ ਪੱਕੀ ਕਰਦੀ, ਕਿਆਮਤ ਤੱਕ ਤੇਰੀ ਔਲਾਦ ਹੀ ਰਹੇਗੀ ਵੇਚੇ ਦੇ ਵਿੱਚ, ਤੁਹਾਡੇ ਕੋਲ ਵਿਹਲੀ ਨਹੀਂ ਕੁੱਕਰ ਆਏਗਾ। ਇਹ ਥਾਂ ਦੀ ਗੱਲ ਕਰ ਰਿਹਾ ਜਿਹੜੀ ਮਸਜਿਦ ਦੇ ਮਗਰ ਉਹ ਖੰਭੇ ਦੇ ਨਾਲ ਜਿੱਥੇ ਹੁਣ ਕੀਮ ਸਾਹਿਬ ਨੇ, ਕੀਮ ਸਾਹਿਬ ਵਾਲੀ ਚਾਰ ਦੋਸਤ ਸੀ ਉਹਦੇ ਵੈਸੇ ਜਿਹਨਾਂ ਕੋਲ ਬਹਿਣ ਖਲੋਣ ਸੀ, ਇੱਕ ਤਾਂ ਇਹ ਸੀ ਚੌਧਰੀ ਸਰਾਜ, ਇੱਕ ਸੀ ਬਾਬਾ ਮੁਹੰਮਦ ਦੀਨ ਅਨਸਾਰੀ, ਉਹਨੂੰ ਮੈਂ ਬੜਾ ਬਹਿਣ ਖਲੋਣ ਮੇਰਾ ਰਿਹਾ 87 ਜੀ, ਤੁਹਾਡੇ ਤਾਂ ਮਸਾਇਆ ਸੀ ਨਾ, ਤੁਹਾਨੂੰ ਤਾਂ ਪਤਾ ਹੋਣਾ ਹੈ ਨਾ। ਅੱਛਾ ਉਹ ਯਾਰਵੀਂ ਦੀ ਗੱਲ ਸੁਣ ਲਓ, ਉਹ ਮਜੀਦ ਸਾਹਿਬ ਉਹਨਾਂ ਦੇ ਬੇਟੇ ਪਰਸੋਂ ਕਹਿ ਰਹੇ ਸੀ ਕਿ ਸਾਡੇ ਬਾਪ ਨੂੰ ਯਾਰਵੀਂ 'ਤੇ ਲਾਉਣ ਵਾਲੇ ਹੀ ਮੀਆਂ ਫਤਿਹ ਦੀਨ ਚਿਸ਼ਤੀ ਸੀ, ਵਰਨਾ ਸਾਨੂੰ ਯਾਰਵੀਂ ਦਾ ਪਤਾ ਨਹੀਂ ਸਾਡੇ ਵੱਡਿਆਂ ਨੂੰ ਹੁੰਦੀ ਕੀ ਹੈ। ਇਸ ਪਾਸੇ ਬਾਬਾ ਫਤਿਹ ਦੀਨ ਚਿਸ਼ਤੀ ਸਰਕਾਰ ਰਹਿਮਤੁੱਲਾ ਨੇ ਸਾਡੇ ਵਾਲਦ ਨੂੰ ਯਾਰਵੀਂ ਵਾਲੇ ਪਾਸੇ ਲਾਇਆ, ਔਰ ਉਹ ਮੈਂ 1987 ਅਤੇ 88 ਇੱਕ ਸਾਲ ਜਿਹੜਾ ਨਾ ਉਹ ਮਸਜਿਦ 'ਚ ਮੇਰੇ ਉਸਤਾਦ ਮੁਨਾਜ਼ਰ ਸਲਾਮ ਰਹਿਮਤੁੱਲਾ ਨੇ ਤਾਇਨਾਤ ਕੀਤਾ ਜੁਮਾ ਪੜ੍ਹਾਉਣ ਵਾਸਤੇ 87 ਤੋਂ 88 ਦੇ ਅਗਸਤ ਤੱਕ, ਉਦੋਂ ਉਹ ਬਾਬਾ ਮੁਹੰਮਦ ਦੀਨ ਕੋਲ ਬਹਿਣ ਖਲੋਣ ਮੇਰਾ ਹੋਇਆ, ਔਰ ਉਦੋਂ ਚਿੱਲਾ ਉਹਨੇ ਕੀਤਾ ਸੀ 41 ਦਿਨ ਦਾ, ਉਹ ਜਦੋਂ ਚਿੱਲੇ ਤੋਂ ਉੱਠਿਆ ਮੈਂ ਉਦੋਂ ਉੱਥੇ ਮਸਜਿਦ ਸੀ, ਫਿਰ ਉਹਨੂੰ ਉਠਾ ਕੇ ਵੀ ਆਏ, ਔਰ ਉਹਦੇ ਕੋਲ ਬਹਿਣ ਖਲੋਣ ਮੁਹੰਮਦ ਦੀਨ ਅਨਸਾਰੀ ਸੀ, ਔਰ ਬੁੰਗੇ ਡੋਗਰ ਵਾਲੇ ਚੌਕ ਤੋਂ ਅੱਗੇ ਗਫੂਰ ਹੈ ਹੁਣ ਕੁਰੈਸ਼ੀਆਂ ਦੀਆਂ ਪਾਵਰਾਂ ਦੇ ਸਾਹਮਣੇ ਉਹਦਾ ਦਰਬਾਰ ਬਕਾਇਦਾ ਉਹਦੇ ਘਰ ਦੇ ਅੰਦਰ, ਔਰ ਬਕਾਇਦਾ ਸਾਲ ਬਾਅਦ ਉਰਸ ਕਰਾਉਂਦੇ ਨੇ ਮਜ਼ਾਰ ਸ਼ਰੀਫ ਘਰ ਵਿੱਚ ਉਹਦਾ ਵੱਡੀ ਯਾਰਮੀ ਵਾਲੇ। ਅੱਛਾ ਉਹਦਾ ਦੋਸਤ ਸੀ ਇੱਕ ਸ਼ਰੀਫਾ ਨਾਈ ਦੋਸਤ ਸੀ, ਉਹ ਸ਼ਰੀਫਾ ਆਪਾਂ ਕਿਸੇ ਨਹੀਂ ਵੇਖਿਆ ਕਿਉਂਕਿ ਉਹ ਪੁਰਾਣਾ ਕਿਤੇ ਫੌਤ ਹੋ ਗਿਆ, ਸ਼ਰੀਫਾ ਨਾਈ ਜਿੱਥੇ ਡਾਕਟਰ ਸਲੀਮੀ ਦੁਕਾਨ ਹੈ ਇੱਥੇ ਉਹਦਾ ਘਰ ਸੀ, ਔਰ ਇੱਕ ਚੌਧਰੀ ਸਰਾਜ ਦੀਨ ਸੀ, ਦੋ ਦੋਸਤ ਹੋ ਗਏ, ਤੀਜਾ ਮੁਹੰਮਦੀਨ ਅਨਸਾਰੀ ਸੀ ਜਿਹੜਾ ਬਾਬਾ ਯਾਰਵੀਂ ਵਾਲਾ ਮੰਨਾ ਯਾਰਵੀਂ ਵਾਲਾ ਮਸ਼ਹੂਰ ਹੈ, ਚੌਥਾ ਕਿਹੜਾ ਸੀ, ਇੱਕ ਹੋਰ ਦੋਸਤ ਚੌਥਾ ਸੀ ਉਹਦਾ ਤੁਹਾਡੇ ਸਾਹਿਬ ਡਾਕਟਰ ਸਾਹਿਬ ਦੇ ਦੇਣ 'ਚ ਹੋਵੇ, ਚੌਥਾ ਦੋਸਤ ਇੱਕ ਹੋਰ ਸੀ ਮੁਹੰਮਦੀਨ ਅਨਸਾਰੀ ਯਾਰਵੀਂ ਵਾਲਾ ਬਾਬਾ ਮੰਨਾ ਯਾਰਵੀਂ ਵਾਲਾ, ਔਰ ਚੌਧਰੀ ਸਰਾਜਦੀਨ ਕੱਚਾ ਸ਼ਰੀਫਾ ਨਾਈ ਸ਼ਰੀਫਾ ਇੱਕ ਹੋਰ ਸੀ ਦੋਸਤ ਉਹਨਾਂ ਦਾ। ਅੱਛਾ ਉਹ ਹੁਣ 1900 ਪਾਕਿਸਤਾਨ ਬਣ ਗਿਆ, ਦੁਨੀਆ ਇੱਧਰ ਦੀ ਇੱਧਰ ਹੋ ਗਈ, ਰਾਜਾ ਜੰਗ ਦੀ ਜਿਹੜੀ ਡਿਊਟੀ ਸੀ ਉਹ ਬਾਬੇ ਉਹਨਾਂ ਦੀ ਰਹੀ ਬਜ਼ੁਰਗਾਂ ਦੀ, ਔਰ ਉਹ ਆਪਦੀ ਜੇ ਕਿਸੇ ਆ ਕੇ ਆਖਣਾ ਨਾ ਮੇਰਾ ਆਹ ਕੰਮ ਕਾਰ ਨਹੀਂ ਚੱਲਦਾ, ਉਹਨੇ ਆਹ ਬੱਚਿਆ ਸਾਡੇ ਕੋਲ ਦੋ ਕੰਮ ਨੇ, ਸ਼ਰੀਅਤ ਦਾ ਕੋਈ ਮਸਲਾ ਪੁੱਛ, ਤਰੀਕਤ ਦੇ ਬਾਰੇ ਕੁਛ ਜਾਣ, ਦੁਨੀਆ ਦੇ ਮਾਮਲਾ ਤੋਂ ਹੀ ਫਾਰਗ ਆ। ਕਿਉਂ ਜੀ? ਕਿਉਂਕਿ ਇਹਨਾਂ ਮੈਥੋਂ ਮੇਰੇ ਜ਼ਿੰਮੇ ਰੱਬ ਨੇ ਸਿਰਫ ਦੋ ਹੀ ਕੰਮ ਲਾਏ ਨੇ, ਦੁਨੀਆ ਦੇ ਅਗਰ ਮੈਂ ਕੰਮ ਕਰਨਾ ਤਾਂ ਮੈਂ ਨੰਬਰਦਾਰ ਅਤੇ ਚੌਧਰੀ ਦੇ ਦੋ ਮੁਰੱਬੇ ਦਾ ਮਾਲਕ ਸਾਂ, ਛੱਡ ਕੇ ਆ ਗਿਆ, ਮੇਰੇ ਕੋਲ ਗੱਲ ਸ਼ਰੀਅਤ ਦੀ ਜਾਂ ਫਿਰ ਮਾਰਫਤ ਦੀ, ਹਕੀਕਤ ਦੀ, ਤਰੀਕਤ ਦੀ, ਰੂਹਾਨੀਅਤ ਦੀ, ਫਕੀਰ ਇਹਨਾਂ ਕੰਮਾਂ ਵਾਸਤੇ ਆ।
ਬਿਲ ਆਖਰ ਮੁਕਸਰ ਕਰਨਾ ਹੈ ਇਹਦੇ 'ਤੇ ਟਾਈਮ ਸਾਰਾ ਨਹੀਂ ਗੁਜ਼ਾਰਨਾ ਵਕਤ ਦਾ, ਵਕਤ ਗੁਜ਼ਰ ਗਿਆ ਔਰ ਸਾਡਾ ਗਵੇੜ ਸੀ ਕਿ ਬਾਬਾ ਫਤਿਹ ਸ਼ਾਹ ਸਰਕਾਰ ਰਹਿਮਤੁੱਲਾ ਅਲੈਹ, ਮੇਰੀ ਤਹਿਕੀਕ ਦਾ ਮਤਲਬ 1952 'ਚ ਵਿਸਾਲ ਹੈ, ਹੋ ਸਕਦਾ ਮੇਰੀ ਤਹਿਕੀਕ ਗਲਤ ਵੀ ਹੋਵੇ, ਤੋ ਡਾਕਟਰ ਸਾਹਿਬ ਫਰਮਾ ਰਹੇ ਸੀ ਵੀ ਉਹਨਾਂ ਤੋਂ ਬਾਅਦ ਵਿਸਾਲ ਹੋਇਆ, ਬਾਕੀ ਅਸਲ ਜਿਹੜੇ ਰਾਵੀ ਨੇ ਨਾ ਜਿਨ੍ਹਾਂ ਦੇ ਘਰ ਉਹ ਬਾਬਾ ਮੁਹੰਮਦੀਨ ਯਾਰਵੀਂ ਵਾਲੇ, ਉਹਦਾ ਬੇਟਾ ਮਿਲਿਆ ਮੈਂ ਜਾ ਕੇ ਉਹਨਾਂ ਨੂੰ, ਉਹਨਾਂ ਕਿਹਾ ਵੀ 1960 ਵਿੱਚ ਬਾਬਾ ਫਤਿਹਦੀਨ ਸਰਕਾਰ ਦਾ ਵਿਸਾਲ ਹੋਇਆ। ਅੱਛਾ, ਜਿਸ ਵੇਲੇ ਵਿਸਾਲ ਦਾ ਵਕਤ ਕਰੀਬ ਆਇਆ ਤਾਂ ਰੁਪਈਏ ਸੀ 5-7 ਕੋਲ, ਆਪਣੇ ਜ਼ਾਤੀ 5-7 ਰੁਪਈਏ ਕੋਲ ਆਇਆ ਸੀ, ਅਤੇ ਮੁਹੰਮਦੀਨ ਨੂੰ ਆਖਣ ਲੱਗੇ ਅਨਸਾਰੀ ਨੂੰ, ਬਾਬੇ ਯਾਰਵੀਂ ਵਾਲੇ ਮੰਨੇ ਨੂੰ, ਵੀ ਮੁਹੰਮਦੀਨਾ ਅਸੀਂ ਕੱਲ੍ਹ ਨੂੰ ਜੇ ਫੌਤ ਵੀ ਹੋ ਜਾਈਏ ਤਾਂ ਤੁਸੀਂ ਆਖੋ ਕਿ ਫਕੀਰ ਫੌਤ ਹੋ ਗਿਆ, ਲਿਓ ਜੀ ਆਨਾ ਟਕਾ, 2 ਆਨੇ 4 ਰੁਪਈਆ ਲਿਓ ਜੀ, ਬਾਬੇ ਦਾ ਕਫਨ ਕਰਨਾ, ਦਫਨ ਕਰਨਾ, ਉਹ ਕਰਨਾ, ਇਹ ਫਕੀਰ ਦੀ ਸ਼ਾਨ ਦੇ ਖਿਲਾਫ ਹੈ, ਇਹ 5-7 ਰੁਪਈਏ ਰੱਖ ਲਾ, ਇਹ ਘੱਟਦੇ ਨਹੀਂ ਦੇ, ਸਾਡਾ ਕਫਨ ਦਫਨ ਕਬਰ ਅਤੇ ਕਬਰ ਕਢਾਉਣਾ ਕੱਢਣਾ ਇਹ ਸਾਰੇ ਤੋਂ ਇਹ ਵੱਧ ਜਾਣਗੇ ਅਤੇ ਖੈਰਾਤ ਕਰ ਦੀ, ਇਹ ਸਾਡੇ ਪੈਸੇ ਫੜ ਲਾ, ਮੁਹੰਮਦੀਨ ਯਾਰਵੀਂ ਵਾਲੇ ਨੇ ਪੈਸੇ ਫੜ ਲੈ। ਅੱਛਾ, ਉਸ ਵੇਲੇ ਮੌਲਵੀ ਪਿੰਡ 'ਚ ਕਿਹੜੇ ਸੀ? ਸਭ ਤੋਂ ਵੱਡਾ ਮੌਲਵੀ ਮੀਆਂ ਫਤਿਹਦੀਨ, ਉਸ ਤੋਂ ਛੋਟਾ ਉਹਦਾ ਪੁੱਤਰ ਚਿਰਾਗਦੀਨ, ਦੂਜਾ ਪੁੱਤਰ ਮੀਆਂ ਜਮਾਲਦੀਨ, ਇਹ ਮੈਂ ਸਾਰੇ ਉਰਲੇ ਵੇਖੇ ਨੇ। ਮੀਆਂ ਜਮਾਲਦੀਨ ਜਿਹੜਾ ਇਹ ਅਰਜੀ ਨਵੀਸ ਸੀ, ਮੈਂ 1970 ਵਿੱਚ ਜਗ੍ਹਾ ਲਈ ਨਾ ਅਤੇ ਉਹਦੇ ਕੋਲੋਂ ਲਿਖਾਈ ਸੀ ਅਰਜੀ ਸਟਾਫ ਫਿਰੋਜ਼, ਅਰਜੀ ਨਵੀਸ ਸੀ ਔਰ ਖੁਸ਼ੀ ਮੰਡੀ ਵਾਲਿਆਂ ਦੇ ਜਿਹੜੇ ਤਾਰਕੇ ਮਕਾਨ ਹੈ ਇਹਦੇ ਵਿੱਚ ਉਹ ਰਹਿੰਦਾ ਸੀ, ਇਹ ਥਾਂ ਫਿਰ ਉਹਨੇ ਫਰੋਖਤ ਕੀਤੀ ਇਹਨਾਂ ਨੂੰ। ਜਮਾਲਦੀਨ ਮਾਂ ਮਸਜਿਦ ਸੀ, ਮੀਆਂ ਫਤਿਹਦੀਨ ਮਾਂ ਮਸਜਿਦ ਸੀ, ਮੀਆਂ ਅਬਦੁਲ ਮਜੀਦ ਚਿਰਾਗਦੀਨ ਦਾ ਬੇਟਾ ਸੀ, ਇਹ ਵੀ ਮਾਂ ਮਸਜਿਦ ਤੁਹਾਡੇ ਸਾਰੇ ਅਕਸਰਾਂ ਦੇ ਸਾਹਮਣੇ ਰਿਹਾ। ਅੱਛਾ, ਬਾਬੇ ਦਾ ਵਿਸਾਲ ਹੋ ਗਿਆ, ਜਨਾਜ਼ਾ ਪੜ੍ਹਾਉਣਾ ਸੀ ਮੌਲਵੀ ਨੇ, ਇਹ ਮੀਆਂ ਸਾਰੇ ਮੌਜੂਦ ਸੀ ਅਤੇ ਕਬਰ ਕੱਢੀ ਗਈ ਕਿੱਥੇ? ਇਹ ਬਾਬੇ ਮਸੂਮ ਸ਼ਾਹ ਦਾ ਦਰਬਾਰ ਸਾਡੇ ਵੇਖਣ 'ਚ ਕੱਲ੍ਹ ਪਿਆ ਬਣਦਾ ਨਾ, ਇਹ ਕਬਰ ਦੇ ਨਾਲ ਜਗ੍ਹਾ ਉਹਨਾਂ ਦੀ ਕਬਰ ਕੱਢੀ, ਬਾਬੇ ਮਸੂਮ ਸ਼ਾਹ ਰਹਿਮਤੁੱਲਾ ਨਾਲ ਚੜ੍ਹਦੇ ਪਾਸੇ ਥੋੜ੍ਹਾ ਜਿਹਾ ਫਾਸਲਾ ਛੱਡ ਕੇ ਕਬਰ ਤਿਆਰ ਹੋ ਗਈ, ਜਨਾਜ਼ੇ ਵਾਸਤੇ ਤਿਆਰੀ ਹੋ ਗਈ ਅਤੇ ਮੀਆਂ ਸਾਹਿਬ ਹੋਣੀ ਤਾਂ ਮੌਜੂਦ ਸੀ, ਕਿਉਂਕਿ ਮੇਰੇ ਉਸਤਾਦ ਮੁਕਰਮ ਮੁਨਾਜ਼ਰ ਇਸਲਾਮ ਤਾਂ ਆਏ ਨੇ ਇਸ ਤੋਂ 4 ਸਾਲ ਬਾਅਦ ਰਾਜਾ ਜੰਗ ਦੇ ਅੰਦਰ, 4 ਸਾਲ ਮੇਰੇ ਉਸਤਾਦ ਮੁਕਰਮ ਦੇ ਆਉਣ ਤੋਂ ਪਹਿਲਾਂ ਦਾ ਵਾਕਿਆ। ਜਿਸ ਵੇਲੇ ਜਨਾਜ਼ੇ ਦੀ ਤਿਆਰੀ ਹੋਈ ਨਾ ਅਤੇ ਬਾਬਾ ਜੀ ਬਸ਼ੀਰ ਯਾਰਵੀਂ ਵਾਲੇ, ਬਾਬੇ ਅਨਵਰ ਦਾ ਬਾ, ਇਹ ਇੱਥੋਂ ਘਰੋਂ ਨਿਕਲਿਆ ਅਤੇ ਹੱਥ 'ਚ ਸੀ ਉਹ ਬੋਤਲ ਜਿਹੜੀ ਕੱਚ ਦੀ ਹੁੰਦੀ ਹੈ, ਇਹ ਤਾਂ ਪਲਾਸਟਿਕ ਦੀਆਂ 15-20 ਸਾਲ ਤੋਂ ਯਾਦ ਹੋਈਆਂ ਨਾ, ਕੱਚ ਦੀਆਂ ਬੋਤਲਾਂ, ਕੱਚ ਦੀ ਬੋਤਲ ਗੁਲਾਬ ਗਿਰਕ ਦੀ ਭਰੀ ਅਤੇ ਬਾਬਾ ਬਸ਼ੀਰ ਦੌੜ ਕੇ ਉੱਥੇ ਪੜਿਆ, ਜਾ ਕੇ ਕਹਿੰਦਾ ਮੀਆਂ ਸਾਹਿਬ ਇਹ ਫਕੀਰ ਦਾ ਜਨਾਜ਼ਾ ਕੋਈ ਫਕੀਰ ਹੀ ਪੜਾਏਗਾ, ਤੁਸੀਂ ਪਿਛਾ ਆ ਜਾਓ। ਬਾਬੇ ਬਸ਼ੀਰ ਨੇ ਮੇਰੇ ਮਗਰ ਜੁਮੇ ਪੜ੍ਹੇ ਨੇ, ਮੈਂ ਜੁਮਾ ਪੜ੍ਹਾਉਂਦਾ ਰਿਹਾ, ਮੈਂ ਖਤੀਬ ਰਿਹਾ ਕਿਸੇ ਜ਼ਮਾਨੇ ਦੇ ਅਲ ਮੁਰਤਜ਼ਾ ਮਸਜਿਦ 'ਚ, ਕਿਸੇ ਜ਼ਮਾਨੇ 'ਚ ਬਲਾਲ ਮਸਜਿਦ 'ਚ, ਮੈਂ 1983 ਦਾ ਗਿਆ 82 'ਚ, ਬਲਕਿ 1980 'ਚ ਜਾ ਕੇ ਮੈਂ ਮਸਜਿਦ 'ਚ ਗਿਆ, ਉਸਤਾਦ ਸਾਹਿਬ ਨੇ ਮੈਨੂੰ ਘੱਲਿਆ ਉੱਥੇ 1980 'ਚ, 43 ਸਾਲ ਹੋ ਗਏ ਨੇ, 44 ਹੋ ਗਏ ਮੇਰਾ ਖਿਆਲ, 44 ਸਾਲ ਮਸਜਿਦ ਬਲਾਲ 'ਚ। ਅੱਛਾ, ਉੱਥੇ ਜੁਮਾ ਅਸੀਂ 2001 ਤੋਂ ਸ਼ੁਰੂ ਕੀਤਾ ਬਲਾਲ 'ਚ, ਜੁਮਾ ਮੈਂ ਪੜ੍ਹਾਉਂਦਾ ਸੀ ਕਿਸੇ ਜ਼ਮਾਨੇ 'ਚ ਬਲਾਲ ਇੱਥੇ ਅਲ ਮੁਰਤਜ਼ਾ 'ਚ, ਬਾਬਾ ਬਸ਼ੀਰ ਸਾਰੇ ਜੁਮੇ ਇੱਥੇ ਪੜ੍ਹਦਾ ਸੀ। ਅੱਛਾ, ਮੈਂ ਜੁਮਾ 2001 ਸ਼ੁਰੂ ਕੀਤਾ ਅਤੇ ਬਾਬੇ ਦਾ ਡੇਰਾ ਬਣ ਗਿਆ ਉੱਥੇ, ਬਾਬਾ ਫਿਰ ਜਦੋਂ ਉੱਥੇ ਆਉਂਦਾ ਸੀ ਉਹ ਜੁਮਾ ਫਿਰ ਉੱਥੇ ਫਿਰ ਮੇਰੇ ਕੋਲ ਪੜ੍ਹਦਾ ਸੀ। ਬਾਬੇ ਬਸ਼ੀਰ ਰਹਿਮਤੁੱਲਾ ਅਲੈਹ ਨੇ ਸਾਰੀ ਜ਼ਿੰਦਗੀ ਮਸੱਲੇ 'ਤੇ ਨਹੀਂ ਖਲੋਤਾ, ਕੁਰਾਨ ਇਹ ਜਿਹਾ ਮੈਂ ਸੁਣਿਆ ਪੜ੍ਹਦੇ ਨੂੰ, ਮੈਂ ਕਿਸੇ ਕਾਰੀ ਕੋਲੋਂ ਐਡਾ ਸਾਫ਼ ਕੁਰਾਨ ਨਹੀਂ ਸੁਣਿਆ ਜਿੱਡਾ ਸੋਹਣਾ ਕੁਰਾਨ ਬਾਬਾ ਬਸ਼ੀਰ, ਕਿਉਂ ਡਾਕਟਰ ਸਾਹਿਬ? ਕੋਈ ਸ਼ੱਕ ਨਹੀਂ, ਬਹੁਤ ਪਿਆਰਾ ਕੁਰਾਨ ਪਾਕ ਬੜਾ ਪਿਆਰਾ ਪੜ੍ਹਦਾ ਸੀ।
ਤੇ ਇਹੋ ਜਿਹੇ ਡਾਕਟਰ ਵਰਗੇ ਤੇ ਆ, ਡਾਕਟਰ ਵਰਗੇ ਤੇ ਆ ਜਿਹੜੇ ਪੜ੍ਹੇ ਪੁੜੇ ਲਿਖੇ ਨੇ ਇਹਨਾਂ ਨੂੰ ਉਹ ਜਾਂਦੇ ਹੀ ਪਿਛਾਂ ਚਲਾ ਕੇ ਮਾਰਦਾ ਸੀ, ਕਿਵੇਂ ਓਏ ਇੱਧਰ ਆ ਪੜ੍ਹਿਆ, ਹਾਂਜੀ ਕਿੰਨਾ ਪੜ੍ਹਿਆ, ਮੈਂ ਫਿਰ ਕੀਤਾ ਉਹਨੇ ਢਾਏ ਦਾ ਪਾੜਾ ਸੁਣਾ, ਪੌਣੇ ਦਾ ਸੁਣਾ, ਸਵਾਏ ਦਾ ਸੁਣਾ, ਨਾਲ ਹੀ ਬੁੱਕੀ ਜਾ ਪੈਂਦੀ ਸੀ ਐਵੇਂ ਢਾਏ ਦਾ ਸਵਾਏ ਦਾ ਅਤੇ ਪੌਣੇ ਦਾ ਪਾੜਾ ਸੁਣਨਾ ਉਹਨੇ, ਕਿਸੇ ਨੂੰ ਵੀ ਨਾ ਆਉਣਾ, ਬੜੇ ਬੜੇ ਪੜ੍ਹੇ ਮੇਰੇ ਬੈਠੇ ਹੋਏ। ਅੱਛਾ ਮੈਂ ਸਾਰੀ ਜ਼ਿੰਦਗੀ ਯਾਦ ਵੀ ਤਾਂ ਨਹੀਂ ਗਿਆ ਬਾਬੇ ਬਸ਼ੀਰ ਦੇ ਉਹ ਡੇਰੇ 'ਤੇ, ਮੈਨੂੰ ਮੇਰੇ ਉਸਤਾਦ ਨੇ ਜਦੋਂ ਘੱਲਿਆ ਮੈਂ ਉਦੋਂ ਹੀ ਗਿਆ ਅਤੇ ਘੱਲਿਆ ਕੀਮ ਖੁਸ਼ੀ ਮੁਹੰਮਦ ਸਦਰ ਵਾਸਤੇ, ਕੀਮ ਖੁਸ਼ੀ ਮੁਹੰਮਦ ਉਹਨਾਂ ਦੀ ਬੇਲੀ ਸੀ, ਮੈਨੂੰ ਨਾ ਸਮਝ ਉਹਨਾਂ ਹਾਜ਼ਰ ਆ ਬਈ, ਮੈਂ ਹਾਂਜੀ ਉਸਤਾਦ ਜੀ, ਉਹਨੇ ਜਾ ਹਕੀਮ ਸਾਹਿਬ ਨੂੰ ਬੁਲਾ ਕੇ ਲਿਆ ਬਾਬੇ ਬਸ਼ੀਰ ਦੇ ਡੇਰੇ ਤੋਂ, ਮੈਂ ਜਦੋਂ ਗਿਆ ਉਦੋਂ ਕਿਉਂ ਨਾ ਹਾਜ਼ਰ ਆ ਵੀ, ਕਿੱਧਰ ਆਇਆ ਮੈਂ ਜੀ, ਮੈਨੂੰ ਉਸਤਾਦ ਸਾਹਿਬ ਨਾਲ ਘੱਲਿਆ ਹਕੀਮ ਸਾਹਿਬ ਲੈਣ, ਉਹ ਫਿਰ ਮੇਰਾ ਇਹਤਰਾਮ ਸਿਰਫ ਕਰਦੇ ਸੀ ਵੀ ਘੱਲਣ ਵਾਲਾ ਮੌਲੀ ਮਨਜ਼ੂਰ ਅਹਿਮਦ ਸਾਹਿਬ ਅਤੇ ਲੈਣ ਆਇਆ ਹਕੀਮ ਸਾਹਿਬ ਨੂੰ, ਹਕੀਮ ਸਾਹਿਬ ਉਹਨਾਂ ਦੇ ਦੋਸਤ ਸੀ। ਉਹ ਫਿਰ ਉਹਨਾਂ ਮੈਨੂੰ ਪੁੱਛਿਆ ਡਿਓੜੇ ਦਾ ਪਹਾੜਾ ਸੁਣਾ, ਅਤੇ ਮੈਂ ਆਪਦੀ ਅਕਲ ਨਾਲ ਬਣਾ ਬਣਾ ਕੇ ਨਾ ਥੋੜ੍ਹਾ ਜਿਹਾ ਟੋਰਿਆ, ਇੱਕ ਡਿਓੜਾ ਡਿਓੜਾ, ਦੋ ਡਿਓੜਾ, ਤਿੰਨ ਤਿੰਨ ਡਿਓੜਾ, ਸਾਢੇ ਚਾਰ ਏ, ਚਾਰ ਡਿਓੜਾ ਛੇ ਆ, ਪੰਜ ਡਿਓੜਾ ਸਾਢੇ ਸੱਤ ਏ, ਛੇ ਡਿਓੜਾ ਨੌ ਏ, ਸੱਤ ਡਿਓੜਾ ਸਾਢੇ ਦਸ, ਉਹਨੇ ਬੱਸ ਕਰ, ਮੈਂ ਤਾਂ ਆਪਦੇ ਕੋਲੋਂ ਬਣਾ ਕੇ ਸੁਣਾ ਤਾ ਨਾ, ਅਤੇ ਵੈਸੇ ਕਿਸੇ ਨੂੰ ਯਾਦ ਤਾਂ ਨਹੀਂ ਡਿਓੜੇ, ਫਿਰ ਸਭ ਤੋਂ ਔਖਾ ਪਹਾੜਾ ਸਾਨੂੰ ਵੀ, ਉਹ ਤਾਂ ਕਹਾਉਂਦੇ ਨੂੰ ਹੁਣ ਵੀ ਆਉਂਦੇ ਹੋਣ ਸ਼ਾਇਦ, ਨਹੀਂ ਤਾਂ ਸਾਨੂੰ ਵੀ ਇਹ ਤੱਕ ਕੀਤੀ, ਪਰ ਇਹ ਜੇ ਨਹੀਂ ਕਿਸੇ ਨੂੰ ਆਉਂਦੇ ਢਾਇਆ, ਡਿਓੜੇ ਦਾ, ਪੌਣੇ ਦਾ ਅਤੇ ਸਵਾਏ ਦਾ, ਇੱਕ ਸਵਾਇਆ ਸਵਾ ਆ, ਦੋ ਸਵਾਇਆ ਢਾਈ ਏ, ਤਿੰਨ ਸਵਾਇਆ ਪੌਣੇ ਚਾਰ ਏ, ਚਾਰ ਸਵਾਇਆ, ਇਸ ਤਰ੍ਹਾਂ ਨਹੀਂ ਸੀ ਕਿਸੇ ਨੂੰ ਆਉਂਦੇ, ਬਾਬਾ ਬਸ਼ੀਰ ਹੈ ਸਵਾਦ ਡਾਂਗਦਾ ਸੀ ਅੱਗੋਂ। ਅੱਛਾ ਗੱਲ ਨੂੰ ਵਾਪਸ ਲਿਆਈਏ, ਬਾਬਾ ਬਸ਼ੀਰ ਪੜਿਆ ਉੱਥੇ, ਉਹਨੇ ਆ ਵੀ ਫਕੀਰ ਦਾ ਜਨਾਜ਼ਾ, ਫਕੀਰ ਪੜਾਏਗਾ ਅਗਲਾ ਉਹਦੇ ਬੋਤਲ ਅਰਕ ਦੇ ਹੱਥੇ। ਅੱਛਾ ਉਹ ਜਿਸ ਵੇਲੇ ਮਈਏ ਦਾ ਮੂੰਹ ਖੋਲਿਆ ਨਾ ਕਫਨ ਦਾ, ਅਤੇ ਬਾਬੇ ਬਸ਼ੀਰ ਨੇ ਉਹਨੇ ਛੱਟਾ ਮਾਰਿਆ ਸਾਰੀ ਉੱਤੇ, ਅਤੇ ਜਿਹੜੇ ਮੌਕੇ 'ਤੇ ਮੌਜੂਦ ਸੀ ਨੇ ਅਹਿਲੇ ਦਿਲ ਲੋਕ, ਜਾਹਲ ਲੋਕ ਨਹੀਂ, ਅਹਿਲੇ ਦਿਲ, ਅਹਿਲੇ ਨਜ਼ਰ, ਉਹਨਾਂ ਵੇਖਿਆ ਕਿ ਚਿਹਰੇ 'ਤੇ ਇੱਕ ਨੂਰ ਦੀ ਲਾੜ ਗਈ ਅਤੇ ਤਾਂ ਹੀ ਨਿਕਲ ਗਈ। ਉਹ ਮੈਨੂੰ ਮੈਨੂੰ ਹੋਰ ਚੇਤੇ ਆ ਗਈ। ਅੱਛਾ ਮੈਂ ਅਹਿਲੇ ਦਿਲ ਅਤੇ ਅਹਿਲੇ ਨਜ਼ਰ ਕਿਉਂ ਆਖਿਆ, ਮੈਨੂੰ ਹਾਜੀ ਸਾਧਕ ਸਾਹਿਬ ਮੇਰਾ ਭਾਣਜਾ ਹੈ, ਇਹਦੀ ਗੱਲ ਇੱਕ ਚੇਤੇ ਆ ਗਈ, ਅਸੀਂ ਇਕੱਠੇ। ਅੱਛਾ ਇੱਕ ਗੱਲ ਹੁੰਦੀ, ਜਿਹਨੇ ਉਮਰਾ ਕੀਤਾ ਹੋਵੇ ਨਾ ਉਹ ਕਿਸੇ ਨਾ ਕਿਸੇ ਬਹਾਨੇ ਗੱਲ ਸੁਣਾਉਂਦਾ ਵੀ ਇਹਨਾਂ ਨੂੰ ਪਤਾ ਲੱਗੇ ਨਹੀਂ ਉਮਰਾ ਕੀਤਾ, ਉਹ ਗੱਲ ਨਹੀਂ, ਮੈਂ ਹਕੀਕਤ ਤੁਹਾਨੂੰ ਇੱਕ ਹਕੀਕਤ ਸਮਝਾਉਣ ਲੱਗਾ, ਅਸੀਂ ਜਾਣਾ ਸੀ ਅਤੇ ਇਹਨੇ ਮੈਨੂੰ ਆਖਿਆ ਗੱਲ ਸੁਣੋ ਜੀ, ਮੈਂ ਹਾਂਜੀ, ਉਹਨੇ ਆਖਿਆ ਜਿਹੜਾ ਬੰਦਾ ਗੰਦੀ ਵੀਡੀਓ ਵੇਖੇ ਅਤੇ ਭੈੜੇ ਕੰਮ ਕਰੇ ਅਤੇ ਗੰਦਿਆਂ ਕੰਮਾਂ 'ਚ ਰਹੇ ਅਤੇ ਰਾਮ ਦਾ ਕੰਮ ਉਹਦਾ ਹੋਣ ਅਤੇ ਚਲਾ ਜਾ ਮਦੀਨੇ ਅਤੇ ਜਾ ਕੇ ਰੋਜ਼ੇ ਦੀਆਂ ਜਾਲੀਆਂ ਵੇਖੇ ਅਤੇ ਉਹਨੂੰ ਲੋਹੇ ਦੀਆਂ ਜਾਲੀਆਂ ਸਿਉਣਾ ਵੀ ਉਹ ਲੋਹੇ ਦਾ ਨਜ਼ਰ ਆਉਣਾ ਹੈ ਅਤੇ ਇੱਟਾਂ ਦਾ ਉਹ ਰੋਜ਼ਾ ਨਜ਼ਰ ਆਉਣਾ ਹੈ ਅਤੇ ਸੀਮਿੰਟ ਦਾ ਬਣਿਆ ਗੁੰਬਦ ਹਰਿਆ ਨਜ਼ਰ ਆਉਣਾ, ਉੱਤੇ ਰੰਗ ਹਰਿਆ ਆਉਣਾ, ਉਹਨੂੰ ਉਹਦੇ 'ਚੋਂ ਜਲਾਲ ਅਨਵਾਰ ਨਜ਼ਰ ਨਹੀਂ ਆ ਸਕਦੇ। ਅਤੇ ਜਿਹਨੇ ਆਪਦੀ ਅੱਖ ਨੂੰ ਹਰਾਮ ਕਰ ਤੋਂ ਬਚਾਇਆ ਹੈ ਅਤੇ ਉਹਨੂੰ ਤਾਂ ਉੱਥੇ ਜਾ ਕੇ ਜੋ ਫਰਿਸ਼ਤਿਆਂ ਦਾ ਨਜ਼ੂਲ ਵੀ ਨਜ਼ਰ ਆ ਸਕਦਾ ਹੈ। ਉਹ ਤਾਂ ਮੈਂ ਆਖਿਆ ਵੀ ਉਹ ਨੂਰ ਦੀ ਲਾੜ ਹਰਕ ਨੂੰ ਨਹੀਂ ਦਿਸਣੀ, ਅਹਿਲੇ ਨਜ਼ਰ ਅਤੇ ਅਹਿਲੇ ਦਿਲ ਨੂੰ ਨਜ਼ਰ ਆਉਣੀ ਸੀ। ਖੈਰ ਉਹ ਤਾਂ ਜਿਸ ਵੇਲੇ ਹੋ ਗਿਆ ਅਤੇ ਬਾਬੇ ਬਸ਼ੀਰ ਨੇ ਸਾਰੀ ਜ਼ਿੰਦਗੀ ਕੋਈ ਜਮਾਤ ਨਹੀਂ ਕਰਾਈ, ਬਾਵਜੂਦ ਐਡਾ ਸੋਹਣਾ ਕੁਰਾਨ ਪੜ੍ਹਨ ਦੇ, ਬਾਵਜੂਦ ਮਤਲਬ ਨਮਾਜ਼ੀ ਪਰਹੇਜ਼ਗਾਰ ਹੋਣ ਦੇ, ਜਮਾਤ ਨਹੀਂ ਕਰਾਈ ਸਾਰੀ ਜ਼ਿੰਦਗੀ 'ਚ, ਇਹ ਜਨਾਜ਼ਾ ਪੜ੍ਹਾਇਆ ਨਾ, ਪਹਿਲੋਂ ਜਨਾਜ਼ਾ ਪੜ੍ਹਾਇਆ ਅਤੇ ਨਾ ਬਾਅਦ ਜਨਾਜ਼ਾ ਪੜ੍ਹਾਇਆ, ਇੱਕ ਜਨਾਜ਼ਾ ਬਾਬੇ ਫਤਿਹ ਦੀਨ ਚਿਸ਼ਤੀ ਸਰਕਾਰ ਰਹਿਮਤ ਉੱਲਾਹ ਜਨਾਜ਼ਾ ਪੜ੍ਹਾਇਆ। ਮੈਂ ਕੋਈ ਸ਼ਾਰਟ ਕਰ ਗਿਆ, ਹੁਣ ਗੱਲ ਅਗਲੀ ਸ਼ੁਰੂ ਕਰੀਏ, ਟਾਈਮ 12 ਉੱਥੇ ਹੋ ਗਿਆ, ਅੱਧਾ ਘੰਟਾ ਹੋ ਗਿਆ, ਕੋਈ ਅੱਧਾ ਘੰਟਾ ਹੋਰ ਲਾਉਣੇ ਆ ਹੁਣ, ਮਤਲਬ ਵੱਲੇ ਆਉਣੇ ਅਸਲ ਵੱਲੇ, ਟਾਈਮ ਦਾ ਕੋਈ ਮਸਲਾ ਨਹੀਂ, ਠੀਕ ਹੈ ਗੱਲ ਪੂਰੀ। ਅੱਛਾ ਅੱਛਾ ਜਿਸ ਵੇਲੇ ਉਹ ਨੂਰ ਦੀ ਲਾੜ ਦਿੱਸੀ ਅਤੇ ਨਾਲ ਹੀ ਬੱਦਲ ਆ ਗਿਆ ਅਤੇ ਕਿਨਮਿਨ ਰਹਿਮਤ ਦੀ ਸ਼ੁਰੂ ਹੋ ਗਈ, ਉਹ ਨਾ ਤਾਂ ਮੀਂਹ ਪਿਆ ਕੇ ਬੰਦਾ ਭਿੱਜ ਕੇ ਤਿਲਕ ਜਾਵੇ ਅਤੇ ਨਾ ਉਹ ਖਲੋਤਾ ਹੀ, ਉਸ ਰਹਿਮਤ ਦੀ ਫੁਹਾਰ ਦੇ ਵਿੱਚ ਬਾਬਾ ਜੀ ਨੂੰ ਦਫਨ ਕੀਤਾ। ਬਾਅਦ 'ਚ ਆ ਗਿਆ ਕਾਕੂ ਨੰਬਰਦਾਰ ਦਾ ਦੌਰ ਜਾਂ
ਸਾਡਾ ਹੁਣ ਸਾਡੀ ਸੰਭਾਲਾ ਦੀ ਗੱਲ ਆ ਗਈ। ਉਹਨਾਂ ਪਾਸ ਕੀਤਾ ਕਿ ਬਾਬੇ ਮਸੂਮ ਸ਼ਾਹ ਦਾ ਦਰਬਾਰ ਬਣਾਈਏ, ਅਤੇ ਉਹ ਕਾਕੂ ਨੰਬਰਦਾਰ ਆਸ਼ਕ ਹੁਸੈਨ ਸਾਰੇ ਵੇਖਿਆ ਨਾ ਉਹਦਾ, ਉਹਦੇ ਡੇਰੇ ਦੇ ਇਹ ਫੈਸਲਾ ਹੋਇਆ ਵੀ ਇਹ ਬਾਬੇ ਫਤਿਹਦੀਨ ਸਰਕਾਰ ਦਾ ਜਿਹੜਾ ਕਵਰ ਹੈ ਨਾ, ਇਹਨੂੰ ਗੁੰਬਦ ਦੇ ਵਿੱਚ ਲਈਏ, ਦਰਬਾਰ ਦੇ ਆ ਗੁੰਬਦ ਜਿਹੜਾ ਬਣਨਾ ਨਾ ਉਹਦੀ ਚਾਰਦੀਵਾਰੀ ਦੇ ਵਿੱਚ ਲਈਏ, ਬਾਬਾ ਫਤਿਹਦੀਨ ਚਿਸ਼ਤੀ ਸਰਕਾਰ ਰਹਿਮਤੁਲ ਮਜ਼ਾਰ ਵਿੱਚ ਕਰ ਲਈਏ, ਦੋ ਮਜ਼ਾਰ ਕਬਰਾਂ ਹੋ ਜਾਣਗੀਆਂ ਖਾਜਾ ਬਾਬਾ ਮੁਹੰਮਦ। ਅੱਛਾ ਦੂਜੀ ਗੱਲ ਇੱਕ ਹੋਰ ਸੁਣ ਲਵੋ, ਬਾਬਾ ਮੁਹੰਮਦ ਖਾਜਾ ਬਾਬਾ ਮਾਸੂਮ ਸ਼ਾਹ, ਬਾਬਾ ਫਤਿਹ ਸ਼ਾਹ ਰਹਿਮਤੁੱਲਾ ਲੈ, ਬਾਬਾ ਗੁਲਾਬ ਸ਼ਾਹ ਦੇ ਬੂਟੇ ਸ਼ਾਹ, ਇਹਨਾਂ ਨੂੰ ਲੋਕ ਜਾਣਦੇ ਨੇ, ਸਾਡੇ ਵੱਡੇ ਜਾਣਦੇ ਨੇ। ਮੇਰੀ ਪੈਦਾਇਸ਼ ਰਾਜਾ ਜੰਗ ਦੀ ਹੈ, 65 ਸਾਲ ਦੇ ਕਰੀਬ ਉਮਰ ਮੇਰੀ ਇੱਥੇ ਗੁਜ਼ਰੀ ਹੈ, 50-55 ਸਾਲ ਦੀ ਮੈਨੂੰ ਹੋਸ਼ ਹਵਾਸ ਨੇ। ਅੱਛਾ ਸਾਡੇ ਵੱਡਿਆਂ ਕੋਲ ਅਸੀਂ ਸੁਣਿਆ ਜੇ ਇੱਥੋਂ ਦੇ ਨੇ, ਇਹ ਅਸਲ 'ਚ ਮੇਰੇ ਪਿੰਡ ਲਾਖੂ ਬਰਿਆਰ ਦੇ ਨੇ, ਉੱਥੋਂ ਉੱਠ ਕੇ ਇੱਥੇ ਆਏ ਨੇ। ਜਿਹੜਾ ਮੇਰਾ ਪਿੰਡ ਜੱਦੀ ਉਹ ਹੀ ਬਾਬਿਆਂ ਦਾ ਪਿੰਡ ਜੱਦੀ ਪਿਛਲਾ। ਅੱਛਾ ਅਗਲੀ ਗੱਲ ਇਹ ਸੀ ਵੀ ਇਹਨੂੰ ਸਾਰੇ ਸਾਡੇ ਵੱਡੇ ਜਾਣਦੇ ਨੇ। ਇਸ ਤੋਂ ਇਲਾਵਾ ਬਾਬਾ ਮਾਸੂਮ ਸ਼ਾਹ ਹੋਇਆ, ਬਾਬਾ ਖਾਕੀ ਸ਼ਾਹ ਰਹਿਮਤੁੱਲਾ ਲਵੇ, ਬਾਬਾ ਲਾਲ ਸ਼ਬਾਜ਼ ਰਹਿਮਤ, ਇਹਨਾਂ ਨੂੰ ਕੋਈ ਨਹੀਂ ਜਾਣਦਾ। ਕਿਸੇ ਦੇ ਵੱਡੇ ਨੇ ਆਪਦੀ ਲਾਲ ਨੂੰ ਕੋਈ ਗੱਲ ਨਹੀਂ ਦੱਸੀ ਵੀ ਕਿੱਥੋਂ ਦੇ ਕਦੋਂ ਦੇ ਨੇ। ਇਹ ਮੇਰੀ ਵਾਲਦਾ ਦਾ ਉਹ ਇਹ ਦੱਸੇ, ਸਾਡਾ ਮਹੱਲਾ ਉਹ ਸੀ ਉਦੋਂ ਨਾਨਕਿਆਂ ਦਾ, ਅਤੇ ਉਹ ਜਦੋਂ ਇਹ ਲਾਹੌਰ ਦੇ ਉਹ ਬੰਦੇ ਆਏ ਜਿਨ੍ਹਾਂ ਨੂੰ 302 ਫਾਂਸੀ ਦਾ ਹੁਕਮ ਸੀ, ਉਹਨਾਂ ਨੂੰ ਖਾਬ ਦੇ ਅੰਦਰ ਇਹ ਥਾਂ ਮਿਲੀ, ਉਹਨਾਂ ਆਏ ਸਾਡਾ ਤੂੰ ਇੱਥੇ ਨਿਸ਼ਾਨ ਬਣਾ ਦੇ, ਮਜ਼ਾਰ ਬਣਾ ਦੇ, ਅਤੇ ਅਸੀਂ ਦੁਆ ਕਰ ਦਿੰਦੇ ਹਾਂ ਖਾਬ 'ਚ। ਉਹ ਬਰੀ ਜਿਸ ਵੇਲੇ ਹੋਏ ਤਾਂ ਉਹ ਫਿਰ ਹਲਵੇ ਦੀਆਂ ਦੇਗ ਹਲਵੇ ਦੀ ਅਤੇ ਨਾਲ ਨਾਨ ਲਾਹੌਰ 'ਚੋਂ ਟਾਂਗੇ ਦੇ ਭਰ ਕੇ ਲਿਆ ਕੇ ਇੱਥੇ, ਇਹ ਦੋ ਖੂਹ ਸੀ ਅਤੇ ਮੈਂ ਵੇਖੇ ਸੀ ਡੱਲਾਂ ਵੱਡੀਆਂ ਪਿਛਾਂ ਕਰਕੇ, ਡਾਕਟਰ ਸਾਹਿਬ ਤੋਂ ਬੱਲਾ ਇਹਨਾਂ ਦਾ ਵੇਖੇ ਹੋਣਗੇ, ਵੱਡੇ ਡੱਲਾਂ ਸੀ ਖੂਹ ਆਉਂਦੀਆਂ ਨਾਲ, ਅਤੇ ਇੱਥੇ ਪਿੱਪਲ ਸੀ। ਇਹੋ ਹੀ ਉਹਨੂੰ ਖਾਬ 'ਚ ਨਜ਼ਰ ਆਇਆ ਉਹ ਬੰਦੇ ਨੂੰ, ਉਹਨੇ ਇੱਥੇ ਟਾਂਗਾ ਖਿਲਾਰ ਕੇ ਵੰਡ ਕੇ ਅਤੇ ਢੇਰੀ ਬਣਾ ਗਿਆ। ਇਸ ਤਰ੍ਹਾਂ ਬਣਿਆ, ਪਤਾ ਨਹੀਂ ਕਿਸ ਦੌਰ ਦਾ ਦਫਨ ਹੈ। ਨਾ ਲਾਲ ਸ਼ਬਾਜ਼ ਸਾਹਿਬ ਰਹਿਮਤੁੱਲਾ ਅਲੈਹ, ਨਾ ਬਾਬਾ ਖਾਕੀ ਸ਼ਾਹ ਦੀ ਕੋਈ ਹਿਸਟਰੀ ਪਤਾ ਵੀ ਕਦੋਂ ਦੇ ਨੇ, ਪਰ ਇਹ ਬਾਬਾ ਫਤਿਹਦੀਨ ਚਿਸ਼ਤੀ ਸਰਕਾਰ ਰਹਿਮਤੁੱਲਾ ਅਲੈਹ ਜਿਹੜੇ ਨੇ 1960 ਦੇ ਵਿਸਾਲ ਵਾਲੇ ਨੇ। ਅੱਛਾ ਕਾਕੂ ਨੰਬਰਦਾਰ ਦੇ ਡੇਰੇ 'ਤੇ ਉਹ ਫੈਸਲਾ ਹੋ ਗਿਆ ਕਰਾਂਗੇ, ਕੀ ਨਾਂ ਸੀ ਉਦੋਂ ਜਿਹੜਾ ਸੀ ਬਾਬਾ ਇੱਥੇ, ਬਾਬੇ ਜਿਉਣ ਦਾ ਪੁੱਤਰ ਸੀ। ਅੱਛਾ ਨਿਆਜ਼ ਦਾ ਛੋਟਾ ਭਰਾ ਸੀ ਬਾਬੇ ਜਿਉਣ ਦਾ, ਉਹਨੇ ਆਖਿਆ ਠੀਕ ਹੈ, ਸੱਦਿਆ ਉਹਨੂੰ, ਆਖਿਆ ਠੀਕ ਹੈ ਜੀ ਵੀ ਇਹਨੂੰ ਵਿੱਚ ਲੈ ਲਾਂਗੇ। ਅਗਲੇ ਦਿਨ ਮਿਸਤਰੀ ਲੱਗਦਾ ਉਹਦਾ, ਛੱਡ ਯਾਰ ਇਹਨੂੰ ਬਾਹਰ ਕਰ, ਇਹਨੂੰ ਬਾਹਰੇ ਰਹਿਣ ਦੇ ਅਤੇ ਆਪਣੇ ਇਹ ਖੱਲਾ ਹੀ ਹੋਵੇ। ਅੱਛਾ ਉਹ ਮਿਸਤਰੀ ਨੇ ਕੰਧ ਚੁੱਕ ਦਿੱਤੀ ਉੱਥੇ, ਉਹ ਐਡਾ ਉਦੋਂ ਦਰਬਾਰ, ਉਹ ਕੰਧ ਉੱਚੀ ਹੋ ਗਈ, ਉੱਧਰ ਰਾਤ ਉਹ ਮਰ ਗਿਆ। ਉਹ ਮੁੱਦਾ ਹੀ ਉਹ ਬਾਬਾ ਨਿਆਜ਼ ਅਲੀ ਉੱਧਰ ਹੀ ਫੌਤ ਹੋ ਗਿਆ, ਉਹਨੂੰ ਕਾਲਜ ਦੀ ਦਰਦ ਹੋਈ ਸ਼ਾਇਦ, ਉਹਦਾ ਰਾਜ ਫੌਤ ਹੋ ਗਿਆ। ਉਹ ਬਾਬੇ ਦਾ ਮਜ਼ਾਰ ਬਾਹਰ ਰਹਿ ਗਿਆ, ਬਾਬਾ ਫਤਿਹਦੀਨ ਚਿਸ਼ਤੀ ਸਰਕਾਰ ਦਾ। ਔਰ ਹੁਣ ਜਾਓ ਨਾ ਦੁਆ ਮੰਗਣ ਕਿਤੇ ਜਾਓ, ਅਤੇ ਕੰਧ ਦੇ ਬਿਲਕੁਲ ਨਾਲ ਬਾਰ ਬਾਰ ਪੂਰੀ ਕਬਰ ਹੈ, ਚੜ੍ਹਦੇ ਪਾਸੇ ਰਹਿ ਜੰਗਲੀ ਸਾਈਡ ਨੂੰ ਨਾ, ਉਹ ਬਾਬੇ ਫਤਿਹਦੀਨ ਸਰਕਾਰ ਦੀ।